काम क्रोध अर लोभ मोह वस करै सबै बल सदा सुख मन वसै दुख संसार खोवै गुरु नव निद दरियाओ जन्म हम कालख तो सुकहो टल गोर सेविय अहनस सहज सुबाय दर्शन परसै गुरु कै जन्म मरण दुख जाय दर्शन परसै गुरु कै जन्म मरण दुख जाय। सतनाम श्री वाहे गुरु साहिब जी। छूटत नहीं कोट लक बाही, नाम जपत तह पार पराही। छूटत नहीं कोट लक बाही, नाम जपत तह पार पराही। अनेक विघन जह आए संहारा, हर का नाम तत्काल उद्धार। अनेक जोन जन्म मर जाम, नाम जपत पाव विश्राम। हौमैला मल कबू न तोवै, हर का नाम कोट पाप खोवै। ऐसा नाम जपहु मन रंग, नानक पाइए साधक संग। ऐसा नाम जपहु मन रंग, नानक पाइए साधक संग। वाहेगुरु जी का खालसा, वाहेगुरु जी की फतेह। सच्चे पातशाह दीन दुनिया दे मालक, जागदी जोत, दस पातशाहियां दे आत्मक स्वरूप, जुगो जुग अटल धन साहिब श्री गुरु ग्रंथ साहिब जी महाराज, हजूर दी परम दया सदका आप जी पंथ दे महान पवित्र अस्थान तख्त सचखंड श्री हजूर श्री अबचल नगर साहिब विखे दर्शन दीदार करदे हुए सतसंगत दियां कड़ियां दा सुख माण रहे हो। सतगुरु जी दे पवित्र सजे हुए दरबार अंदर अमृत पवित्र तुर की बाणी दी
ਲੜੀਵਾਰ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਛੂਟਤ ਨਹੀਂ ਕੋਟ ਲਖ ਬਾਹੀ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਜ਼ੂਰ ਨੇ ਦੂਸਰੀ ਅਸ਼ਟਪਦੀ ਦੇ ਅੰਦਰ ਪਰਲੋਕ ਦੇ ਰਸਤੇ ਦਾ ਮਹਾਰਾਜ ਜੀ ਨੇ ਪ੍ਰਕਰਣ ਧਰਿਆ ਹੈ। ਸੱਚੇ ਪਾਤਸ਼ਾਹ ਜੀ ਨੇ ਸਲੋਕ ਵਿੱਚ ਸਾਨੂੰ ਬੇਨਤੀ ਕਰਨ ਦੀ ਜਾਚ ਦੱਸੀ ਕਿ ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ ਕੋਈ ਛੁਟਕਾਰਾ ਨਹੀਂ ਹੈ। ਇਸ ਕਰਕੇ ਵਾਹਿਗੁਰੂ ਦੇ ਅੱਗੇ ਬੇਨਤੀ ਕਰੀਏ, ਹੇ ਮਹਾਰਾਜ, ਮੈਂ ਹੋਰ ਸਾਰੇ ਆਸਰੇ ਛੱਡ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਮਹਾਰਾਜ, ਆਪ ਗਰੀਬਾਂ ਦੇ, ਨਿਮਾਣਿਆਂ ਦੇ, ਨਿਤਾਣਿਆਂ ਦੇ ਦੁੱਖਾਂ ਨੂੰ ਤੋੜਨ ਵਾਲੇ ਉਹ ਸੱਚੇ ਪਾਤਸ਼ਾਹ, ਕਿਰਪਾ ਕਰੋ, ਮੇਰੇ ਵੀ ਦੁੱਖ ਨਾਸ਼ ਕਰ ਦਿਓ ਜੰਮਣ ਮਰਨ ਦੇ। ਅਵਿੱਦਿਆ ਦੀਆਂ ਜਿਹੜੀਆਂ ਦਰਦ ਪੀੜਾਂ ਹਨ ਉਹ ਵੀ ਮਹਾਰਾਜ ਨਾਸ਼ ਕਰ ਦਿਓ। ਆਪ ਸਭ ਥਾਂ 'ਤੇ ਵਿਆਪਕ ਹੋ, ਯਤੀਮਾਂ ਦੇ ਆਪ ਨਾਥ ਮਾਲਕ ਹੋ। ਮਹਾਰਾਜ, ਮੈਂ ਗੁਰੂ ਜੀ ਦੇ ਚਰਨੀ ਲੱਗ ਕੇ ਆਪ ਜੀ ਦੀ ਸ਼ਰਨ ਵਿੱਚ ਪਹੁੰਚਿਆ ਹਾਂ, ਕਿਉਂਕਿ ਸਾਨੂੰ ਤਾਂ ਮਹਾਰਾਜ ਸ਼ਰਨ ਵੀ ਪੈਣਾ ਨਹੀਂ ਆਉਂਦਾ। ਇਹ ਤਾਂ ਗੁਰੂ ਜੀ ਨੇ ਵੱਡੀ ਕਿਰਪਾ ਕੀਤੀ ਹੈ ਜੋ ਆਪ ਜੀ ਦੇ ਸ਼ਰਨ ਵਿੱਚ ਸਾਨੂੰ ਪਾਇਆ ਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ, ਦੱਸਿਆ ਗਰੀਬ ਨਿਵਾਜ ਨੇ ਰਹਿਮਤ ਕੀਤੀ ਕਿ ਜਿੱਥੇ ਮਾਤਾ ਪਿਤਾ, ਪੁੱਤਰ ਭਰਾ, ਮਿੱਤਰ ਕੋਈ ਸਹਾਇਤਾ ਨਹੀਂ ਕਰਦੇ, ਹੇ ਜੀਵ, ਜੇ ਤੂੰ ਜਿਉਂਦਿਆਂ ਜੀ ਵਾਹਿਗੁਰੂ ਦਾ ਨਾਮ ਜਪਿਆ ਹੋਵੇਗਾ ਉੱਥੇ ਵਾਹਿਗੁਰੂ ਦਾ ਨਾਮ ਤੇਰੀ ਸਹਾਇਤਾ ਕਰੇਗਾ। ਸੱਚੇ ਪਾਤਸ਼ਾਹ ਜੀ ਨੇ, ਹਜ਼ੂਰ ਨੇ ਪਰਲੋਕ ਦਾ ਰਸਤਾ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਕਿਹੋ ਜੀ ਉੱਥੇ ਬਿਪਤਾ ਦਾ ਸਮਾਂ ਪੈਂਦਾ ਹੈ, ਬਹੁਤ ਘੋਰ ਮੁਸ਼ਕਲ ਹੁੰਦੀ ਹੈ, ਇੰਨੀ ਔਕੜ ਕਿ ਫਿਰ ਉਹਦਾ ਸਮਾਧਾਨ ਨਹੀਂ ਹੋ ਸਕਦਾ ਹੁੰਦਾ। ਪਰ ਜੇ ਵਾਹਿਗੁਰੂ ਦਾ ਨਾਮ ਤੂੰ ਜਪਿਆ ਹੋਇਆ ਹੋਵੇਗਾ, ਇੱਕ ਖਿਣ ਮਾਤਰ ਸਮੇਂ 'ਚ ਹੀ ਤੈਨੂੰ ਉਸ ਮੁਸ਼ਕਲ ਤੋਂ ਛੁਡਾ ਲਵੇਗਾ, ਉਸ ਔਕੜ ਵਾਲੇ ਸਮੇਂ ਤੋਂ ਵਾਹਿਗੁਰੂ ਦਾ ਨਾਮ ਤੇਰੀ ਰੱਖਿਆ ਕਰ ਲਵੇਗਾ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਇੰਨਾ ਦੁਰਲੱਭ ਹੈ ਵਾਹਿਗੁਰੂ ਦਾ ਨਾਮ, ਜਪਿਆ ਕਰ, ਜਿੰਨੇ ਤੇਰੇ ਸਵਾਸ ਚੱਲਦੇ ਹੈ
ਉਹਨਾਂ ਸਵਾਸਾਂ ਨੂੰ ਸਫਲਿਆਂ ਕਰਿਆ ਕਰ। ਹਜ਼ੂਰ ਤੀਸਰੀ ਪੌੜੀ ਦੂਸਰੀ ਅਸ਼ਟਪਦੀ ਦੀ ਜਿਵੇਂ ਬਖਸ਼ਿਸ਼ ਕਰਦੇ ਹਨ। ਨਹੀਂ ਕੋਟ ਲਗਵਾਹੀ, ਸੱਚੇ ਪਾਤਸ਼ਾਹ ਜੀ ਕਹਿੰਦੇ ਐ ਛੁੱਟ ਨਹੀਂ ਸਕੇਗਾ ਉਸ ਜਮਾਂ ਦੇ ਪਕੜ ਤੋਂ, ਕਿਉਂਕਿ ਉਨੀ ਤਕੜੇ ਪਾਏ ਹੱਥ। ਮਹਾਰਾਜ ਕਹਿੰਦੇ ਜਿਹੜੀਆਂ ਭਰਾਵਾਂ ਰੂਪੀ ਕਰੋੜਾਂ ਹੀ ਤੇ ਲੱਖਾਂ ਹੀ ਬਾਹਾਂ ਹਨ, ਜਿਨ੍ਹਾਂ ਤੇ ਬੜਾ ਮਾਣ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਜਮਾਂ ਨੇ ਆ ਕਰਕੇ ਪਕੜਿਆ, ਛੂਟਤ ਨਹੀਂ ਕੋਟ ਲੱਖ ਬਾਹੀ, ਬਾਹੀ ਜਿਹੜੀਆਂ ਬਾਹਾਂ ਨੇ ਤੇਰੀਆਂ, ਬੜਾ ਜਿਨ੍ਹਾਂ ਨੂੰ ਆਸਰਾ ਬਣਾਇਆ ਹੋਇਆ ਈ, ਇਹ ਕਰੋੜਾਂ ਤੇ ਲੱਖਾਂ ਬਾਹਾਂ ਜਿਹੜੇ ਤੇਰੇ ਭਰਾ ਨੇ ਮਿੱਤਰ ਨੇ, ਇਹਨਾਂ ਕਰਕੇ ਫਿਰ ਜਮਾਂ ਤੋਂ ਮਹਾਰਾਜ ਕਹਿੰਦੇ ਛੁੱਟ ਨਹੀਂ ਸਕੇਗਾ, ਕਾਲ ਤੋਂ ਛੁੱਟ ਨਹੀਂ ਸਕੇਗਾ। ਸਹੰਸਰ ਬਾਹੂ ਵਰਗੇ ਪ੍ਰਤੱਖ ਵੀ ਜਿਨ੍ਹਾਂ ਦੀਆਂ ਆਪਣੀਆਂ ਹੀ ਇੰਨੀਆਂ ਬਾਹਾਂ ਸੀਗੀਆਂ, ਉਹ ਵੀ ਮਹਾਰਾਜ ਕਹਿੰਦੇ ਕਾਲ ਤੋਂ ਨਹੀਂ ਛੁੱਟ ਸਕੇ। ਨਾਮ ਜਪਤ ਤਹ ਪਾਰ ਪਰਾਹੀ, ਜੇ ਤੂੰ ਨਾਮ ਜਪੇ ਨਾ ਤੇ ਉਸ ਕਸ਼ਟ ਵਾਲੇ ਸਮੇਂ ਤੋਂ ਵੀ ਤੂੰ ਛੁੱਟ ਜਾਵੇਂ, ਤੇਰਾ ਪਾਰ ਉਤਾਰਾ ਹੋ ਜਾਵੇ, ਜਮਾਂ ਦੇ ਦੁੱਖਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ, ਜੇ ਤੂੰ ਵਾਹਿਗੁਰੂ ਦਾ ਨਾਮ ਜਪੇਗਾ ਇਸੇ ਪ੍ਰਕਾਰ ਹੀ। ਨਾਮ ਜਪਤ ਤਹ ਪਾਰ ਪਰਾਹੀ, ਅਨੇਕ ਛੂਟਤ ਨਹੀਂ ਕੋਟ ਲਗਬਾਹੀ, ਛੂਟਤ ਨਹੀਂ ਕੋਟ ਲੱਖ ਬਾਹੀ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਕਿੰਨੇ ਕੋਟ ਕਿਲੇ ਬਣਾ ਲਵੇਗਾ ਨਾ, ਤੇ ਲੱਖ ਬਾਹੀ ਲੱਖਾਂ ਬਾਹਾਂ ਵਾਲੀਆਂ ਤੇਰੇ ਕੋਲ ਫੌਜਾਂ ਹੋਣਗੀਆਂ, ਤਾਂ ਵੀ ਮਹਾਰਾਜ ਕਹਿੰਦੇ ਕਾਲ ਤੋਂ ਛੁੱਟ ਨਹੀਂ ਸਕੇਗਾ। ਕਾਲ ਜਦੋਂ ਆਉਂਦਾ ਨਾ, ਫਿਰ ਕਿੰਨੇ ਵੀ ਕਿਲਿਆਂ ਵਿੱਚ ਛੁੱਪ ਕੇ ਬੈਠ ਜਾਵੀਂ, ਉਹਨੇ ਤੈਨੂੰ ਕੱਢ ਹੀ ਲੈਣਾ ਹੈ, ਉਹ ਦੇਹ 'ਚ ਤੈਨੂੰ ਰਹਿਣ ਨਹੀਂ ਦਏਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿੰਨੀਆਂ ਫੌਜਾਂ ਹੋਣ ਲੱਖਾਂ ਬਾਹਾਂ ਵਾਲੀਆਂ, ਉਹ ਵੀ ਤੇਰੀ ਰੱਖਿਆ ਨਹੀਂ ਕਰ ਸਕਣਗੀਆਂ, ਉਹ ਫੌਜਾਂ ਵੀ ਤੈਨੂੰ ਬਚਾ ਨਹੀਂ ਸਕਣਗੀਆਂ। ਇੱਥੇ ਮਾਣ ਕਰੀ ਜਾਣਾ ਏ, ਵੇਖ ਪ੍ਰਲੋਕ ਦੇ ਰਸਤੇ 'ਤੇ ਜਦੋਂ ਜਮਾਂ ਨੇ ਲੈ ਕਰਕੇ ਜਾਣਾ ਹੈ, ਉਹ ਤੇਰੇ ਉਸਾਰੇ ਹੋਏ ਕਿਲੇ ਕਿਸ ਕੰਮ ਆਉਣਗੇ? ਫਿਰ ਇਹ ਤੇਰੀਆਂ ਫੌਜਾਂ ਜਿਨ੍ਹਾਂ ਦੇ ਉੱਤੇ ਲੱਖਾਂ ਬਾਹਾਂ ਨੇ ਫੌਜਾਂ ਦੀਆਂ, ਮਾਣ ਕਰਦਾ ਕਿ ਮੇਰੇ ਕੋਲ ਇੰਨੀ ਸੈਨਾ ਹੈ, ਮੈਂ ਇੰਨਿਆਂ ਦਾ ਮਾਲਕ ਹਾਂ। ਸੱਚੇ ਪਾਤਸ਼ਾਹ ਕਹਿੰਦੇ ਉੱਥੇ ਕਿਹੜਾ ਹੈ ਜਿਹੜਾ ਤੇਰੀ ਅੱਗੇ ਹੋ ਕਰਕੇ ਸਹਾਇਤਾ ਕਰ ਸਕੇਗਾ? ਉੱਥੇ ਇਹ ਲੱਖਾਂ ਬਾਹਾਂ ਵਾਲੀਆਂ ਫੌਜਾਂ ਵੀ ਤੇਰੀ ਸਹਾਇਤਾ ਨਹੀਂ ਕਰ ਸਕਣਗੀਆਂ। ਉਹ ਸਾਰੇ ਹੋਏ ਕਿਲੇ ਜਿਹੜੇ ਆ, ਉਹਨਾਂ ਵਿੱਚ ਕਿੰਨੀ ਬਾਹਰ ਸੁਰੱਖਿਆ ਕਾਇਮ ਕਰਕੇ ਲੁਕ ਜਾਵੀਂ, ਕਾਲ ਨੇ ਤੈਨੂੰ ਕੱਢ ਹੀ ਲੈਣਾ ਹੈ, ਲੱਖਾਂ ਬਾਹਾਂ ਵਾਲੀਆਂ ਫੌਜਾਂ ਵੀ ਬਚਾ ਨਹੀਂ ਸਕਣਗੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਨਾ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ। ਜਦੋਂ ਹੁੰਦੀ ਹੈ ਆਗਿਆ ਮੇਰੇ ਭਗਵਾਨ ਪੁਰਖ ਦੀ, ਅਕਾਲ ਪੁਰਖ ਵਾਹਿਗੁਰੂ ਦੀ, ਉਦੋਂ ਫਿਰ ਕੀੜੀ ਵੀ ਸਾਹ ਖਿੱਚ ਲੈਂਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿੰਨੇ ਯਤਨ ਕਰ ਲਵੀਂ, ਇਹ ਕਿਲਿਆਂ ਵਿੱਚ ਲੁੱਕ ਕੇ ਵੀ ਕਾਲ ਤੋਂ ਨਹੀਂ ਬਚ ਸਕੇਗਾ, ਲੱਖਾਂ ਬਾਹਾਂ ਵਾਲੀਆਂ ਫੌਜਾਂ ਤੈਨੂੰ ਬਚਾ ਨਹੀਂ ਸਕਣਗੀਆਂ। ਨਾਮ ਜਪਤ ਤਹ ਪਾਰ ਪਰਾਹੀ, ਜੇ ਤੂੰ ਨਾਮ ਜਪੇ ਨਾ ਤੇ ਇਸ ਮਨੁੱਖਾ ਜਨਮ ਤੋਂ ਤੂੰ ਪਾਰ ਪੈ ਜਾਵੇਂਗਾ, ਜੇ ਤੂੰ ਭਜਨ ਕਰੇ
ਪਰ ਤੈਨੂੰ ਤਾਂ ਮਾਣ ਹੈ ਕਿਲਿਆਂ ਦੇ ਉੱਤੇ, ਤੈਨੂੰ ਤਾਂ ਮਾਣ ਹੈ ਭਰਾਵਾਂ ਦੀਆਂ ਬਾਹਾਂ ਉੱਤੇ, ਫੌਜਾਂ ਦੀਆਂ ਬਾਹਾਂ ਉੱਤੇ, ਸਰੀਰ ਦੇ ਬਲ ਦਾ ਹੀ ਬੜਾ ਮਾਣ ਕਰੀ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪ ਲੈ, ਕਿਉਂਕਿ ਉੱਥੇ ਇਹ ਕੋਈ ਵੀ ਚੀਜ਼ ਜਿਹੜੀ ਹੈ ਛੁਡਾ ਨਹੀਂ ਸਕਦੀ। ਉੱਥੇ ਤੇ ਤੂੰ ਜਪਿਆ ਹੋਏਗਾ ਨਾਮ, ਤੇ ਫਿਰ ਤੂੰ ਪਾਰ ਪੈ ਜਾਵੇਂਗਾ ਜਮਾਂ ਦੇ ਰਾਹ ਤੋਂ, ਭਾਵ ਉਹ ਤੈਨੂੰ ਫਿਰ ਔਖਾ ਬਿਪਤਾ ਵਾਲਾ ਰਾਹ ਨਹੀਂ ਚੱਲਣਾ ਪਵੇਗਾ। ਅਨੇਕ ਵਿਘਨ ਜਹ ਆਏ ਸੰਘਾਰਾ, ਜਿੱਥੇ ਆ ਕਰਕੇ ਅਨੇਕਾਂ ਪ੍ਰਕਾਰ ਦੇ ਮਹਾਰਾਜ ਕਹਿੰਦੇ ਜਿਹੜੇ ਵਿਘਨ ਮੈਂ ਤੈਨੂੰ ਨਾਸ਼ ਕਰਦੇ ਹੈ। ਸਤਸੰਗਤ ਜੀ, ਜਦੋਂ ਜੀਵ ਧਰਮ ਦੇ ਰਾਹ 'ਤੇ ਵੀ ਤੁਰਨ ਲੱਗਦਾ ਨਾ, ਅਤੇ ਅਨੇਕਾਂ ਪ੍ਰਕਾਰ ਦੇ ਵਿਘਨ ਆ ਕਰਕੇ ਵਿਆਪਦੇ, ਵਿਘਨ ਜਿਹੜੇ ਆ ਜੀਵ ਨੂੰ ਬੁੱਧੀ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਨਾਸ਼ ਕਰਦੇ, ਚੰਗੀ ਮਤ ਨੂੰ ਨਾਸ਼ ਕਰਦੇ ਆ ਵਿਘਨ, ਇਹੋ ਜਿਹੇ ਪੈਂਦੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜਿੰਨੇ ਵੀ ਤੂੰ ਸਾਧਨ ਕਰਦਾ, ਉਹਨਾਂ ਸਾਧਨਾਂ ਦੇ ਕਰਨ ਵਿੱਚ ਆ ਕੇ ਵਿਘਨ ਜਿਹੜੇ ਆ ਉਹ ਵਿਆਪਦੇ ਆ। ਜਦੋਂ ਤੈਨੂੰ ਸੰਘਾਰਦੇ ਆ, ਅਨੇਕਾਂ ਹੀ ਰੁਕਾਵਟਾਂ ਆ ਕਰਕੇ ਤੈਨੂੰ ਨਾਸ਼ ਕਰਦੀਆਂ ਨੇ, ਬਹੁਤ ਜ਼ਿਆਦਾ ਤੇਰੀ ਬੁੱਧੀ ਦੇ ਅੰਦਰ ਜਿਹੜਾ ਹੈ ਉਹ ਦੁੰਦਵਾਦ ਪੈਦਾ ਕਰਦੀਆਂ ਹਨ। ਹਰ ਕਾ ਨਾਮ ਤਤਕਾਲ ਉਧਾਰਾ, ਜੇ ਤੂੰ ਵਾਹਿਗੁਰੂ ਦਾ ਨਾਮ ਜਪੇ ਨਾ ਨਿਸ਼ਚੇ ਨਾਲ, ਤੇ ਤਤਕਾਲ ਬੜੀ ਸ਼ੀਘਰ ਹੀ ਬੜੀ ਛੇਤੀ ਨਾਲ ਹੀ ਉਹ ਸਾਰੇ ਵਿਘਨ ਨਾਸ਼ ਹੋ ਜਾਣਗੇ, ਸਾਰੀਆਂ ਪੈਂਦੀਆਂ ਰੁਕਾਵਟਾਂ ਜਿਹੜੀਆਂ ਉਹ ਖਤਮ ਹੋ ਜਾਣਗੀਆਂ। ਸੱਚੇ ਪਾਤਸ਼ਾਹ ਨੇ ਕਿਹਾ ਮੰਨੈ ਧਰਮ ਛੇਤੀ ਸੰਬੰਧ, ਜੇ ਵਾਹਿਗੁਰੂ ਦਾ ਨਾਮ ਨਿਸ਼ਚਾ ਕਰ ਲਵੇ ਨਾ। ਆਵਾਜ਼ ਥੋੜ੍ਹੀ ਜਿਹੀ ਭਾਈ ਠੀਕ ਕਰ ਦਿਓ। ਜੇ ਮਹਾਰਾਜ ਦੇ ਨਾਮ 'ਤੇ ਭਰੋਸਾ ਕਰ ਲਵੇ ਤਾਂ ਸਤਿਗੁਰੂ ਜੀ ਕਹਿੰਦੇ ਤੇਰਾ ਧਰਮ ਨਾਲ ਸੰਬੰਧ ਪੈ ਜਾਏਗਾ, ਧਰਮੀ ਹੋ ਜਾਏਗਾ, ਸਾਰੀਆਂ ਪੈਂਦੀਆਂ ਰੁਕਾਵਟਾਂ ਬੜੀ ਸ਼ੀਘਰ ਹੀ ਨਾਸ਼ ਹੋ ਜਾਣਗੀਆਂ, ਨਾਮ ਚ ਐਡੀ ਤਾਕਤ ਵੈ। ਸੋ ਸਤਿਗੁਰੂ ਜੀ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਅਨੇਕ ਵਿਘਨ ਆਏ ਸੰਘਾਰਾ, ਅਨੇਕਾਂ ਪ੍ਰਕਾਰ ਦੇ ਵਿਘਨ ਮਹਾਰਾਜ ਕਹਿੰਦੇ ਜਦੋਂ ਪ੍ਰਲੋਕ ਦੇ ਰਾਹ ਤੇ ਆ ਕੇ ਤੈਨੂੰ ਨਾਸ਼ ਕਰਨਗੇ, ਬਹੁਤੇ ਵਿਘਨ ਪੈਣਗੇ, ਬਹੁਤੀਆਂ ਰੁਕਾਵਟਾਂ ਪੈਣਗੀਆਂ। ਕੈਸੀਆਂ ਕੈਸੀਆਂ ਰੁਕਾਵਟਾਂ ਨੇ ਉੱਥੇ, ਉਹ ਤਾਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਕਦੇ ਤੈਨੂੰ ਲਹੂ ਦੀ ਨਦੀ ਤਰਨੀ ਪਵੇਗੀ, ਕਦੇ ਪਾਕ ਦੀ ਨਦੀ ਤਰਨੀ ਪਵੇਗੀ, ਬੜੀਆਂ ਔਖੀਆਂ ਰੁਕਾਵਟਾਂ ਆਉਣਗੀਆਂ। ਸਤਿਗੁਰੂ ਕਹਿੰਦੇ ਜਿੱਥੇ ਆ ਕੇ ਵਿਘਨ ਰੁਕਾਵਟਾਂ ਤੈਨੂੰ ਨਾਸ਼ ਕਰਨਗੇ। ਹਰ ਕਾ ਨਾਮ ਤਤਕਾਲ ਉਧਾਰਾ, ਜੇ ਵਾਹਿਗੁਰੂ ਦਾ ਜਪਿਆ ਹੋਏਗਾ ਨਾ ਨਾਮ, ਉਸ ਪ੍ਰਲੋਕ ਦੇ ਰਾਹ ਤੇ ਚੱਲਣ ਤੋਂ ਜਿਹੜੇ ਵਿਘਨ ਪੈਂਦੇ ਆ, ਜਿਹੜੇ ਤੈਨੂੰ ਰੁਕਾਵਟਾਂ ਪੈਂਦੀਆਂ, ਬੜੀ ਸ਼ੀਘਰ ਹੀ ਦੂਰ ਹੋ ਜਾਣਗੀਆਂ, ਨਾਸ਼ ਹੋ ਜਾਣਗੇ ਉਹ ਸਾਰੇ ਹੀ ਵਿਘਨ। ਵਾਹਿਗੁਰੂ ਜੀ ਦਾ ਨਾਮ ਤੈਨੂੰ ਉਧਾਰ ਲਵੇਗਾ, ਤੇਰੀ ਰੱਖਿਆ ਕਰੇਗਾ। ਅਨੇਕ ਜੋਨ ਜਨਮ ਮਰ ਜਾਮ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਜੀਵ ਤੇਰੀ ਹਾਲਤ ਵੇਖ ਲੈ ਕੀ ਹੈ, ਅਨੇਕ ਜੋਨ ਅਨੇਕਾਂ ਹੀ ਜੂਨਾਂ ਵਿੱਚ ਤੂੰ ਭਟਕਦਾ ਹੋਇਆ ਆਇਆ ਹੈ, ਤੇ ਫਿਰ ਵਾਸ਼ਨਾ ਦਾ ਜਿਹੜਾ ਹੈ ਵੱਧਾ ਹੋਇਆ, ਤੈਂ ਫਿਰ ਜਨਮ ਲਿਆ ਹੈ। ਅਨੇਕ ਜੋਨ ਜਨਮ ਹੈ, ਜਨਮ ਲੈ ਲਿਆ ਵਾਸ਼ਨਾ ਦੇ ਵੱਧੇ ਹੋਏ ਨੇ, ਤੇ ਫਿਰ ਮਰ ਗਿਆ ਹੈ, ਤੇ ਫਿਰ ਜਨਮ ਲੈ ਲਿਆ ਹੈ ਫਿਰ ਵਾਸ਼ਨਾ ਦੇ ਕਰਕੇ। ਅਨੇਕ ਜੋਨ ਜਨਮ ਹੈ ਮਰ ਜਾਮ,
ਬਾਰ ਬਾਰ ਤੂੰ ਜਨਮਦਾ ਹੈ, ਬਾਰ ਬਾਰ ਤੂੰ ਮਰਦਾ ਹੈ। ਵਾਸ਼ਨਾ ਜਿਹੜੀ ਹੈ ਉਹ ਤੈਨੂੰ ਟਿਕਣ ਨਹੀਂ ਦਿੰਦੀ, ਵਾਸ਼ਨਾ ਤੈਨੂੰ ਭਟਕਾਈ ਜਾਂਦੀ ਹੈ। ਮਰ ਮਰ ਜੰਮੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਲੰਮੇ ਦੇਸ਼ ਦੇ ਰਾਹ 'ਤੇ ਪੈ ਗਿਆ, ਕੋਈ ਓੜਕ ਨਹੀਂ ਆਉਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜਦੋਂ ਇਹੋ ਜਿਹੇ ਜੂਨਾਂ ਦੇ ਰਾਹ 'ਤੇ ਤੂੰ ਪਿਆ ਹੋਇਆ ਹੈ, ਵਾਸ਼ਨਾ ਤੈਨੂੰ ਜਨਮ 'ਤੇ ਜਨਮ ਦੇਈ ਜਾਂਦੀ ਹੈ, ਫਿਰ ਤੇਰਾ ਮਰਨ ਹੁੰਦਾ ਹੈ। ਜਿੱਥੇ ਚਲੇ ਜਾਂਦਾ ਜਿਸ ਜੂਨ ਵਿੱਚ ਉੱਥੇ ਤੇਰਾ ਮੋਹ ਲੱਗ ਜਾਂਦਾ ਹੈ। ਅਨੇਕਾਂ ਹੀ ਜੂਨੀਆਂ ਦੇ ਅੰਦਰ ਤੂੰ ਭਟਕਦਾ ਹੈ, ਬੜਾ ਜਿੱਥੇ ਦੁੱਖ ਪਾਉਂਦਾ ਹੈ। ਕਈ ਤਾਂ ਜੂਨਾਂ ਹੀ ਇੰਨੀਆਂ ਦੁੱਖਦਾਈ ਹੁੰਦੀਆਂ ਕਿ ਉਹ ਸਾਧ ਸੰਗਤ ਜੀ ਬੜੇ ਕਸ਼ਟ ਵਾਲੇ ਉਹ ਸਰੀਰ ਨੇ, ਬੜੇ ਦੁੱਖਦਾਈ ਉਹ ਸਾਧ ਸੰਗਤ ਜੀ ਸਰੀਰ ਹਨ। ਮਹਾਰਾਜ ਕਹਿੰਦੇ ਇਹੋ ਜਿਹੀਆਂ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਹੋਇਆ ਜਨਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ ਬਾਰ ਬਾਰ। ਨਾਮ ਜਪਤ ਪਾਵੇ ਵਿਸ਼ਰਾਮ, ਜੇ ਤੂੰ ਨਾਮ ਜਪੇ ਨਾ ਤਾਂ ਮਹਾਰਾਜ ਕਹਿੰਦੇ ਵਿਸ਼ਰਾਮ ਪਾ ਲਵੇ, ਭਟਕਣ ਤੋਂ ਬਚ ਜਾਵੇ। ਵਾਹਿਗੁਰੂ ਵਾਹਿਗੁਰੂ ਨਾਮ ਜਪੇ ਨਾ ਤੇ ਤੈਨੂੰ ਜੂਨਾਂ ਵਿੱਚ ਨਹੀਂ ਜਾਣਾ ਪਵੇਗਾ, ਬਾਰ ਬਾਰ ਜਨਮ ਤੇ ਜਨਮ ਨਹੀਂ ਲੈਣਾ ਪਵੇਗਾ, ਮਰਨਾ ਨਹੀਂ ਪਵੇਗਾ। ਮਹਾਰਾਜ ਕਹਿੰਦੇ ਅਸਥਿਤੀ ਪਾ ਲਵੇਂਗਾ, ਵਿਸ਼ਰਾਮ ਪਾ ਲਵੇਂਗਾ, ਟਿਕਾ ਪਾ ਲਵੇਂਗਾ, ਵਾਹਿਗੁਰੂ ਦਾ ਨਾਮ ਜਪੇ ਤੇ ਭਟਕਣਾ ਤੋਂ ਬਚ ਜਾਵੇਂਗਾ। ਹਉ ਮਹਿਲਾ ਮਲ ਕਭੂ ਨਾ ਧੋਵੈ, ਪਰ ਹਜ਼ੂਰ ਕਹਿੰਦੇ ਤੇਰਾ ਤਾਂ ਹਉ ਜਿਹੜਾ ਨਾ ਮਨ, ਇਹ ਤਾਂ ਬੜਾ ਮੈਲਾ ਹੈ, ਹਉ ਦੇ ਕਰਕੇ ਹਉਮੇ ਦਾ ਕਰਕੇ ਇੰਨਾ ਮਨ ਮੈਲਾ ਹੈ ਕਿ ਮਲ ਕਭੋ ਨਾ ਧੋਵੈ, ਕਦੇ ਤੂੰ ਇਸ ਮੈਲ ਨੂੰ ਧੋਣ ਦਾ ਯਤਨ ਨਹੀਂ ਕਰਦਾ, ਸਗੋਂ ਜਿੰਨੇ ਕੰਮ ਕਰਦਾ ਇਹ ਮੈਲ ਦੇ ਲਾਉਣ ਵਾਲੇ ਕੰਮ ਕਰਦਾ, ਜਿਹਦੇ ਨਾਲ ਤੈਨੂੰ ਹਉ ਦੀ ਮੈਲ ਹਉਮੇ ਦੀ ਮੈਲ ਦਿਨ ਪ੍ਰਤਿਨ ਚਿੰਬੜਦੀ ਜਾਂਦੀ ਹੈ। ਉੱਤੋਂ ਵਿਖਾਉਣ ਨੂੰ ਤੂੰ ਉਪਕਾਰ ਦੇ ਕਰਮ ਕਰਦਾ ਪਰ ਤੇਰੀ ਹਉ ਦੀ ਮੈਲ ਵਿੱਚ ਛਿਪੀ ਹੋਈ ਹੈ। ਉੱਤੋਂ ਵਿਖਾਉਣ ਨੂੰ ਕਿਸੇ ਦਾ ਭਲਾ ਕਰਦਾ ਪਰ ਤੇਰੀ ਹਉਮੇ ਅੰਦਰ ਉਸਦੇ ਛਿਪੀ ਹੋਈ ਹੈ। ਧਰਮ ਦੇ ਕਰਮ ਵੀ ਤੂੰ ਜੇ ਪਖੰਡ ਮਾਤਰ ਕਰਦਾ, ਫਿਰ ਤੂੰ ਨਾਮ ਵੀ ਜੇ ਜਪਦਾ ਤੇ ਆਪਣੇ ਆਪ ਨੂੰ ਭਗਤ ਅਖਵਾਉਣ ਲਈ ਜਪਦਾ ਹੈ, ਤੇਰੇ ਅੰਦਰ ਇਹ ਵੀ ਹਉ ਦੀ ਮੈਲ ਛਿਪੀ ਹੋਈ ਹੈ। ਨਿਮਰਤਾ ਵੀ ਧਾਰ ਧਾਰ ਕੇ ਵਿਖਾਉਣਾ ਤੇ ਨਿਮਰਤਾ ਦੇ ਰੱਖਣ ਦੀ ਵੀ ਤੈਨੂੰ ਮੈਲ ਅੰਦਰ ਕਿ ਮੇਰੀ ਬੜੀ ਨਿਮਰਤਾ ਹੈ, ਮੈਂ ਬੜਾ ਨਿਰਮਾਣ ਹਾਂ, ਇਹ ਵੀ ਮੈਲ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਬਿਨ ਹਉ ਤਿਆਗ ਕਹਾਂ ਕਉ ਤਿਆਗੀ, ਜਿੰਨਾ ਚਿਰ ਹਉ ਨਹੀਂ ਅੰਦਰੋਂ ਨਿਕਲੀ ਕਿਵੇਂ ਤਿਆਗੀ ਹੋ ਸਕੇਗਾ। ਹਉ ਮੈਲਾ ਮਲ ਕਭੂ ਨਾ ਧੋਵੈ, ਹਉ ਹਉਮੇ ਕਰਕੇ ਤੇਰਾ ਚਿੱਤ ਮੈਲਾ ਹੈ, ਇਸ ਮੈਲ ਨੂੰ ਤੂੰ ਕਦੇ ਵੀ ਧੋਣ ਦਾ ਯਤਨ ਨਹੀਂ ਕਰਦਾ ਹੈ। ਹਰ ਕਾ ਨਾਮ ਕੋਟ ਪਾਪ ਖੋਵੈ, ਜੇ ਤੂੰ ਵਾਹਿਗੁਰੂ ਦਾ ਨਾਮ ਜਪੇ ਨਾ ਤੇ ਨਾਮ ਤੇਰੇ ਅੰਦਰੋਂ ਹਉ ਦੀ ਮੈਲ ਨੂੰ ਧੋ ਦੇਵੇ। ਜਿੱਥੇ ਹਉਮੇ ਦੀ ਮੈਲ ਧੋਵੇਗਾ ਤੇਰੇ ਕਰੋੜਾਂ ਹੀ ਕੀਤੇ ਹੋਏ ਪਾਪ ਖੋ ਦੇਵੇਗਾ, ਨਾਸ਼ ਕਰ ਦੇਵੇਗਾ। ਵਾਹਿਗੁਰੂ ਦਾ ਜਪਿਆ ਹੋਇਆ ਨਾਮ ਸਾਰੇ ਪਾਪਾਂ ਦੀ ਮੈਲ ਨੂੰ ਨਾਸ਼ ਕਰ ਦੇਵੇਗਾ, ਤੇਰਾ ਚਿੱਤ ਸ਼ੁੱਧ ਹੋ ਜਾਏਗਾ, ਉੱਜਲ ਹੋ ਜਾਵੇਗਾ। ਐਸਾ ਨਾਮ ਜਪੋ ਮਨ ਰੰਗ, ਹੇ ਮੇਰੇ ਮਨਾ ਇਹੋ ਜਿਹਾ ਵਾਹਿਗੁਰੂ ਦਾ ਪਵਿੱਤਰ ਨਾਮ ਤੂੰ ਕਿਉਂ ਵਿਸਾਰ ਦਿੱਤਾ ਹੈ? ਪਿਆਰ ਦੇ ਨਾਲ ਰੰਗ ਕਹਿੰਦੇ ਆ ਪ੍ਰੇਮ ਨੂੰ,
ਪ੍ਰੇਮ ਵਿੱਚ ਆ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪ, ਜਿਹੜਾ ਐਸਾ ਪਵਿੱਤਰ ਹੈ ਨਾਮ, ਜਿਹੜਾ ਇਹੋ ਜਿਹਾ ਉਪਕਾਰ ਕਰਦਾ ਵਾਹਿਗੁਰੂ ਦਾ ਨਾਮ, ਜਿਹਦੇ ਕਰਕੇ ਸਾਰੀਆਂ ਮੈਲਾਂ ਲੱਥ ਜਾਂਦੀਆਂ, ਸਾਰੇ ਪਾਪ ਧੁੱਪ ਜਾਂਦੇ ਹੈ। ਇਹੋ ਜਿਹਾ ਪਵਿੱਤਰ ਨਾਮ ਸਦਾ ਹੀ ਪ੍ਰੇਮ ਨਾਲ ਆਨੰਦ ਨਾਲ ਜਪਣਾ ਕਰ। ਨਾਨਕ ਪਾਈਆ ਸਾਧ ਕੈ ਸੰਗ। ਸੱਚੇ ਪਾਤਸ਼ਾਹ, ਨਾਮ ਕਿੱਥੋਂ ਪ੍ਰਾਪਤ ਹੁੰਦਾ ਮਹਾਰਾਜ? ਅਸੀਂ ਵੀ ਲੈ ਲਈਏ, ਨਾਨਕ ਪਾਈਆ ਸਾਧ ਕੈ ਸੰਗ। ਹਜ਼ੂਰ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਗੁਰਸਿੱਖੋ, ਸਾਧੂਆਂ ਦੀ ਸੰਗਤ ਵਿੱਚ ਮੇਰੇ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ। ਸੰਗਤ ਕਰੀਏ, ਮਨ ਨੂੰ ਇਕਾਗਰ ਕਰਕੇ ਤੇ ਵਾਹਿਗੁਰੂ ਦੇ ਨਾਮ ਨੂੰ ਰਸਨਾ ਨਾਲ ਜਪੀਏ, ਨੇਤਰਾਂ ਨਾਲ ਦਰਸ਼ਨ ਕਰੀਏ, ਕੰਨਾਂ ਨਾਲ ਨਾਮ ਦੀ ਉਸਤਤ ਸੁਣੀਏ, ਸਾਧੂਆਂ ਦੀ ਸੰਗਤ ਕਰਕੇ ਮਨ ਵਸੀਕਾਰ ਹੋ ਜਾਂਦਾ। ਸੰਗਤ ਵਿੱਚ ਹੀ ਆ ਕੇ ਪਤਾ ਲੱਗਦਾ ਹੈ ਕਿ ਹਉਮੈ ਕੀ ਹੁੰਦੀ ਹੈ। ਸੰਗਤ 'ਚ ਹੀ ਪਤਾ ਲੱਗਦਾ ਹੈ ਕਿ ਨਿਮਰਤਾ ਦੀ ਪਰਿਭਾਸ਼ਾ ਕੀ ਹੁੰਦੀ ਹੈ। ਸੰਗਤ 'ਚ ਹੀ ਪਤਾ ਲੱਗਦਾ ਹੈ ਕਿ ਨਾਮ ਜਪਿਆ ਕਿਵੇਂ ਜਾਂਦਾ ਹੈ। ਸੰਗਤ 'ਚ ਹੀ ਪਤਾ ਲੱਗਦਾ ਹੈ ਕਿ ਸੁਰਤ ਟਿਕਦੀ ਕਿਵੇਂ ਹੈ, ਸ਼ਬਦ ਦਾ ਰਸ ਕੀ ਹੁੰਦਾ ਹੈ। ਸੰਗਤ ਵਿੱਚ ਹੀ ਆ ਕੇ ਪਤਾ ਲੱਗਦਾ ਹੈ। ਇਸ ਕਰਕੇ ਇਹ ਮਨਾ, ਤੂੰ ਸਾਧੂਆਂ ਦੀ ਸੰਗਤ ਕਰਿਆ ਕਰ, ਕਿਉਂਕਿ ਸਾਧੂਆਂ ਦੀ ਸੰਗਤ ਕਰਨ ਨਾਲ ਇਹ ਜਿਹੜੀ ਗੁਰੂ ਨਾਨਕ ਸਾਹਿਬ ਨੇ ਸੰਗਤ ਬਣਾਈ ਹੈ ਨਾ, ਇੱਥੇ ਹੀ ਨਾਮ ਦਾ ਪ੍ਰਸਾਦ ਮਿਲਦਾ ਹੈ। ਇਸ ਕਰਕੇ ਜਿਹੜੇ ਗੁਰਮੁਖ ਨਾਮ ਦੇ ਰਸੀਏ ਨੇ, ਉਹਨਾਂ ਦੀ ਸੰਗਤ ਕਰਿਆ ਕਰ, ਉਹਨਾਂ ਦੇ ਜੀਵਨ ਵੱਲ ਵੇਖ ਕੇ, ਉਹਨਾਂ ਦੀ ਸ਼ੁੱਧ ਵਿਚਾਰ ਸੁਣ ਕਰਕੇ, ਗੁਰੂ ਜੀ ਦੀ ਬਾਣੀ ਦਾ ਪਿਆਰ ਉਹਨਾਂ ਅੰਦਰ ਵੇਖ ਕਰਕੇ, ਤੈਨੂੰ ਵੀ ਨਾਮ ਦਾ ਕਿਣਕਾ ਜਿਹੜਾ ਉਹ ਪ੍ਰਾਪਤ ਹੋ ਜਾਵੇਗਾ। ਹਜ਼ੂਰ ਗੁਰੂ ਅਰਜਨ ਸਾਹਿਬ ਕਹਿੰਦੇ, ਨਾਮ ਦਾ ਪਦਾਰਥ ਪਾਈਦਾ ਹੈ ਗੁਰਸਿੱਖੋ, ਸਾਧੂਆਂ ਦੀ ਸੰਗਤ ਵਿੱਚੋਂ ਪਾਈਦਾ ਹੈ। ਜਹ ਮਾਰਗ ਕੇ ਗਨੇ ਜਾਹੇ ਨ ਕੋਸਾ। ਸਤਿਗੁਰੂ ਜੀ ਹੁਣ ਫਿਰ ਮਾਰਗ ਦੀ ਬਾਬਤ ਦੱਸਦੇ, ਪ੍ਰਲੋਕ ਦੇ ਰਸਤੇ ਬਾਬਤ। ਮਹਾਰਾਜ ਕਹਿੰਦੇ, ਜਿਸ ਮਾਰਗ ਦੇ ਕੋਹ ਨਹੀਂ ਗਿਣੇ ਜਾਂਦੇ। ਇੱਥੋਂ ਤੁਸੀਂ ਤੁਰਦੇ ਹੋ, ਪੁੱਛ ਲੈਂਦੇ ਹੋ ਔਰੰਗਾਬਾਦ ਕਿੰਨੇ ਕਿਲੋਮੀਟਰ ਵੈ, ਫਿਰ ਪੰਜਾਬ ਜਾਣਾ ਇੱਥੋਂ ਕਿੰਨੇ ਕਿਲੋਮੀਟਰ ਦਾ ਰਸਤਾ ਹੈ, ਕਿਸੇ ਦੇਸ਼ ਵਿੱਚ ਜਾਣਾ ਉਹ ਕਿੰਨੀ ਦੂਰ ਹੈ। ਪਰ ਮਹਾਰਾਜ ਕਹਿੰਦੇ, ਜਿਸ ਪ੍ਰਲੋਕ ਦੇ ਰਾਹ ਤੇ ਤੂੰ ਤੁਰਨਾ ਨਾ ਹੈ ਜੀਵ, ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਉਹਦੇ ਕੋਹ ਗਿਣੇ ਨਹੀਂ ਜਾਣੇ। ਭਾਵੇਂ ਕਿ ਗਰੁੜ ਪੁਰਾਣ ਦੇ ਅੰਦਰ ਨਾ ਜ਼ਿਕਰ ਆਉਂਦਾ ਹੈ ਕਿ ਪ੍ਰਲੋਕ ਦਾ ਰਸਤਾ 86,000 ਯੋਜਨ ਦੂਰ ਹੈ। ਸਾਧ ਸੰਗਤ ਜੀ, ਜਿਹੜੇ ਪਾਪੀ ਹਨ ਚਾਹੇ ਪੁੰਨੀ ਹਨ, ਉਹਨਾਂ ਨੂੰ 1 ਸਾਲ ਦਾ ਸਮਾਂ ਲੱਗ ਜਾਂਦਾ ਹੈ ਪ੍ਰਲੋਕ ਜਾਂਦਿਆਂ ਹੋਇਆਂ ਨੂੰ। ਅਤੇ ਉਹ ਪ੍ਰਲੋਕ ਦਾ ਰਸਤਾ, ਭਾਵੇਂ ਉੱਥੇ ਉਹਨਾਂ ਗਿਣਤੀ ਲਿਖੀ ਹੋਈ ਹੈ, ਇਹ ਵੀ ਜ਼ਿਕਰ ਕੀਤਾ ਹੈ ਕਿ ਜੀਵ ਨੂੰ ਰੋਜ਼ 2,000 ਜਿਹੜੇ ਕੋਹ ਹੈ ਨਾ, ਉਹ ਤੋਰਿਆ ਜਾਂਦਾ ਹੈ। ਇਸ ਤਰ੍ਹਾਂ ਜੀਵ ਨੂੰ, ਪੁੰਨੀਆਂ ਨੂੰ ਜਿਹੜਾ ਸਵਾਰੀਆਂ ਨੇ, ਅਤੇ ਪਾਪੀਆਂ ਨੂੰ ਸਾਧ ਸੰਗਤ ਜੀ ਸਜਾਵਾਂ ਹਨ। ਪਰ ਸਮਾਂ ਦੋਵਾਂ ਨੂੰ ਇੱਕੋ ਜਿਹਾ ਲੱਗਦਾ ਹੈ। ਪੁੰਨੀਆਂ ਦੇ ਪੁੰਨ ਉੱਥੇ ਜਾਂਦਿਆਂ ਤੱਕ ਖਤਮ ਹੋ ਜਾਂਦੇ ਹੈ, ਪਾਪੀ ਸਜਾਵਾਂ ਭੋਗਦੇ ਹੋਏ ਉੱਥੇ ਤੱਕ ਜਾਂਦੇ ਹੈ। ਤੋ ਇਸ ਪ੍ਰਕਾਰ ਮਹਾਰਾਜ ਜੀ ਨੇ ਕਿਹਾ ਕਿ ਉਹਦੇ ਕੋਹ ਗਿਣੇ ਨਹੀਂ ਜਾ ਸਕਦੇ। ਉਹ ਤੂੰ ਸਫ਼ਰ ਨੂੰ, ਪੈਂਡੇ ਨੂੰ ਗਿਣ ਨਹੀਂ ਸਕਦਾ, ਬਹੁਤ ਤਰਲੇ ਮਾਰੇਗਾ, ਮੁੱਕਣ 'ਚ ਹੀ ਨਹੀਂ ਆਉਣਾ ਉਹ ਸਫ਼ਰ। ਅਤੇ ਫਿਰ ਸਫ਼ਰ ਜਦੋਂ ਤੂੰ ਤੁਰਨਾ ਨਾ, ਸਾਧ ਸੰਗਤ ਜੀ,
ਕਈ ਹਜ਼ਾਰ ਯੋਜਨ ਜਿਹੜਾ ਇਹਨਾਂ ਇਹੋ ਜਿਹਾ ਸਮੁੰਦਰ ਆਉਂਦਾ ਹੈ ਜਿਹਦੇ ਅੰਦਰ ਇਹੋ ਜਿਹਾ ਸੰਘਣਾ ਜੰਗਲ ਵੈ। ਕਹਿੰਦੇ ਆ ਕਿ ਉਹਦੇ ਤਿੱਖੇ ਤਿੱਖੇ ਪੱਛ ਜਿਹੜੇ ਆ ਉਹ ਜੀਵ ਨੂੰ ਕਿਰਪਾਨਾਂ ਵਾਂਗੂ ਛਿੱਲਦੇ ਆ, ਤੁਰਿਆ ਨਹੀਂ ਜਾਂਦਾ। ਫਿਰ ਕਈ ਯੋਜਨ ਅੱਗ ਦਾ ਸਮੁੰਦਰ ਆਉਂਦਾ ਹੈ। ਇਹ ਸਾਰੇ ਪਰਲੋਕ ਦੇ ਰਸਤੇ ਦੇ ਅੰਦਰ ਜਿਹੜੇ ਆ ਉਹ ਰੁਕਾਵਟਾਂ ਪੈਂਦੀਆਂ, ਭਾਵ ਬਹੁਤ ਕਸ਼ਟ ਜੀਵ ਨੂੰ ਸਹਿਣੇ ਪੈਂਦੇ ਆ। ਤੇ ਫਿਰ ਜਦੋਂ ਦੁਖੀ ਹੁੰਦਾ ਨਾ ਤੁਰ ਤੁਰ ਕੇ, ਫਿਰ ਪੁੱਛਦਾ ਹੈ ਜਮਾਂ ਨੂੰ ਹੋਰ ਕਿੰਨਾ ਕੁ ਤੁਰਨਾ ਹੈ। ਉਹ ਕਹਿੰਦੇ ਅਜੇ ਨਹੀਂ ਇਹ ਗਿਣ ਸਕਦਾ ਤੂੰ, ਇਹ ਪੈਂਡਾ ਇਹ ਤਾਂ ਕੋ ਗਿਣੇ ਨਹੀਂ ਜਾਣੇ। ਸੱਚੇ ਪਾਤਸ਼ਾਹ ਕਹਿੰਦੇ ਉਦੋਂ ਦੁਖੀ ਹੋਵੇਂਗਾ, ਬੜਾ ਵਿਆਕੁਲ ਹੋਵੇਂਗਾ, ਕੌਣ ਛੁਡਾਏਗਾ ਉਦੋਂ ਤੈਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਪੈਂਡੇ ਦੇ ਪਰਲੋਕ ਦੇ ਰਾਹ ਦੇ, ਇਹ ਸਾਧ ਸੰਗਤ ਜੀ ਪ੍ਰਤੱਖ ਮਹਾਰਾਜ ਜੀ ਨੇ ਉਸ ਪਰਲੋਕ ਦੇ ਰਸਤੇ ਬਾਬਤ ਬਚਨ ਕਿਹਾ ਹੈ। ਜਿਹੜੇ ਖਿਆਲ ਕਰਦੇ ਆ ਕੁਝ ਨਹੀਂ ਹੈ ਅੱਗੇ, ਇੱਥੇ ਹੀ ਹੈ ਸਾਰਾ ਕੁਛ, ਉਹ ਗੁਰੂ ਜੀ ਦੀ ਸਿੱਖਿਆ ਤੋਂ ਸਾਧ ਸੰਗਤ ਜੀ ਮਨੁਕਰ ਹੁੰਦੇ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਉਲਟ ਮਤ ਧਾਰਨ ਕਰਕੇ ਪੁੱਠਾ ਹੱਠ ਧਾਰਨ ਕਰਦੇ ਆ। ਸੱਚੇ ਪਾਤਸ਼ਾਹ ਜੀ ਇਸ ਦੇਹ ਨੂੰ ਛੱਡ ਕੇ ਜਦੋਂ ਜੀਵ ਪ੍ਰਲੋਕ ਦੇ ਰਾਹ ਤੇ ਤੁਰਦਾ ਹੈ ਨਾ ਮਹਾਰਾਜ, ਉਸ ਰਾਹ ਦੀ ਬਾਬਤ ਕਹਿੰਦੇ ਆ ਜਿਹ ਮਾਰ ਕੇ ਗਣੇ ਜਾਹੇ ਨਾ ਕੋਸਾ, ਜਿਸ ਰਸਤੇ ਦੇ ਇਹ ਜੀਵ ਤੇਰੇ ਕੋਲੋਂ ਕੋਹ ਜਿਹੜੇ ਆ ਨਾ ਉਹ ਗਿਣੇ ਨਹੀਂ ਜਾਣੇ ਹਨ। ਹਰ ਕਾ ਨਾਮ ਊਹਾ ਸੰਗ ਤੋਸਾ। ਤੇ ਜਦੋਂ ਘਰੋਂ ਫਿਰ ਕਿਸੇ ਪੈਂਡੇ ਤੇ ਤੁਰੀਏ ਤੇ ਸਾਧ ਸੰਗਤ ਜੀ ਰਸਤੇ ਵਿੱਚ ਵਰਤਣ ਵਾਸਤੇ ਖਰਚ ਬੰਨ ਲੈਂਦੇ ਆ ਰਾਹ ਤੇ ਚੱਲਣ ਵਾਲੇ, ਫਿਰ ਭੋਜਨ ਨਾਲ ਲੈ ਲੈਂਦੇ ਆ, ਭੁੱਖ ਲੱਗਣ ਤੋਂ ਖਾਵਾਂਗੇ। ਸਤਿਗੁਰੂ ਜੀ ਕਹਿੰਦੇ ਉਸ ਪ੍ਰਲੋਕ ਦੇ ਰਾਹ ਤੇ ਆਹ ਧਨ ਤਾਂ ਤੂੰ ਨਾਲ ਬੰਨ ਕੇ ਲਿਜਾ ਹੀ ਨਹੀਂ ਸਕਣਾ ਨਾ, ਜੋ ਕੁਝ ਇੱਥੇ 36 ਪ੍ਰਕਾਰ ਦੇ ਪਦਾਰਥ ਖਾਣਾ ਏ ਉਸ ਪ੍ਰਲੋਕ ਦੇ ਰਾਹ ਤੇ ਫਿਰ ਤੂੰ ਲਿਜਾ ਥੋੜੋ ਸਕੇਗਾ। ਉੱਥੇ ਤਾਂ ਮਹਾਰਾਜ ਕਹਿੰਦੇ ਨੇ ਜੇ ਹਰੀ ਦਾ ਜਪਿਆ ਹੋਇਆ ਨਾ ਨਾਮ, ਹਰ ਕਾ ਨਾਮ ਊਹਾਂ ਸੰਗ ਤੋਸਾ, ਤੇਰੇ ਲਈ ਖਰਚਣ ਦਾ ਕੰਮ ਆਵੇਗਾ, ਤੇਰੇ ਵਾਸਤੇ ਭੋਜਨ ਦਾ ਕੰਮ ਫਿਰ ਉਹ ਆਵੇਗਾ, ਜਪਿਆ ਹੋਇਆ ਨਾਮ ਤੇਰੀ ਤ੍ਰਿਪਤੀ ਕਰ ਦੇਵੇਗਾ। ਨਾਮ ਦਾ ਖਰਚਾ ਜਦੋਂ ਤੇਰੇ ਕੋਲ ਹੋਇਆ ਨਾ ਤਾਂ ਫਿਰ ਤੈਨੂੰ ਕਿਸੇ ਪ੍ਰਕਾਰ ਦੀ ਮਾਰ ਨਹੀਂ ਪਵੇਗੀ, ਇਹ ਕਠਿਨਾਈਆਂ ਤੋਂ ਵੀ ਬਚ ਜਾਵੇਂਗਾ। ਪਰ ਜੇ ਤੇਰੇ ਕੋਲ ਨਾਮ ਦਾ ਖਰਚਾ ਹੀ ਨਾ ਹੋਇਆ ਤੇ ਵੇਖ ਤੇਰੀ ਕੀ ਹਾਲ ਹੋਣੀ ਹੈ, ਫਿਰ ਬੁਰਾ ਹੀ ਹਾਲ ਹੋਵੇਗਾ ਨਾ। ਤੋਸਾ ਸਾਧ ਸੰਗਤ ਜੀ ਜੇਕਰ ਆਇਆ ਅੱਗੇ ਵੀ ਸਤਸੰਗੀ ਸੁਣਦੇ ਆ ਜਿਹਦੇ ਵਿੱਚ ਘਿਓ ਖੰਡ ਤੇ ਮੈਦਾ ਤਿੰਨੇ ਚੀਜ਼ਾਂ ਇੱਕੋ ਮਾਤਰਾ ਚ ਪੈਣ ਤੇ ਐਸਾ ਪ੍ਰਸ਼ਾਦਾ ਬਣੇ ਉਹਨੂੰ ਤੋਸਾ ਕਿਹਾ ਜਾਂਦਾ ਹੈ, ਘਿਓ ਨਾਲ ਸਨਿਗਧ ਮਿੱਠਾ ਪ੍ਰਸ਼ਾਦਾ। ਤੇ ਜਦੋਂ ਰਾਹਗੀਰ ਰਸਤੇ ਤੇ ਤੁਰਦੇ ਉਦੋਂ ਇਹ ਸਨਿਗਧ ਪ੍ਰਸ਼ਾਦੇ ਨੂੰ ਇਹਨੂੰ ਤੋਸਾ ਕਿਹਾ ਜਾਂਦਾ ਤੇ ਰਸਤੇ ਵਿੱਚ ਛੱਕ ਕੇ ਆਪਣੀ ਤ੍ਰਿਪਤੀ ਕਰਕੇ ਆਪਣੀ ਮੰਜ਼ਿਲ ਦੇ ਵੱਲ ਨੂੰ ਅੱਗੇ ਫਿਰ ਜਿਹੜੇ ਰਾਹਗੀਰ ਤੁਰ ਪੈਂਦੇ ਆ। ਮਹਾਰਾਜ ਕਹਿੰਦੇ ਉੱਥੇ ਪ੍ਰਲੋਕ ਦੇ ਰਾਹ ਤੇ ਤੋਸੇ ਦਾ ਕੰਮ ਦੇਣ ਵਾਲਾ ਕੇਵਲ ਵਾਹਿਗੁਰੂ ਦਾ ਨਾਮ ਹੋਵੇਗਾ। ਜੇ ਤੂੰ ਜਪਿਆ ਹੋਵੇਗਾ ਨਾ, ਜਿੰਨਾ ਚਿਰ ਹੁਣ ਤੇਰੇ ਵਿੱਚ ਸਾਹ ਚੱਲਦੇ ਆ, ਤੈਨੂੰ ਸਰੀਰ ਪ੍ਰਾਪਤ ਹੋਇਆ, ਦੇਹ ਤੇਰੇ ਕੋਲ ਹੈ, ਤੂੰ ਭਜਨ ਨਹੀਂ ਕਰਦਾ, ਵੇਖ ਤੈਨੂੰ ਉਦੋਂ ਪਤਾ ਲੱਗਣਾ ਕਿ ਨਾਮ ਕਿੰਨਾ ਅਮੋਲਕ ਵੈ, ਕਿੰਨਾ ਜ਼ਰੂਰੀ ਸੀ ਨਾਮ ਜਪਣਾ। ਹੁਣ ਤਾਂ ਤੂੰ ਪਖੰਡ ਦੱਸਦਾ ਭਜਨ ਕਰਨ ਨੂੰ। ਸਤਿਗੁਰੂ ਜੀ ਕਹਿੰਦੇ ਉੱਥੇ ਵਾਹਿਗੁਰੂ ਦਾ ਨਾਮ ਉਸ ਪ੍ਰਲੋਕ ਦੇ ਰਸਤੇ ਤੇ ਤੇਰੇ ਕੰਮ ਆਵੇਗਾ,
ਤੇਰੀ ਤ੍ਰਿਪਤੀ ਕਰੇਗਾ ਤੋਸੇ ਦੀ ਨਿਆਈ ਭੋਜਨ, ਤੈਨੂੰ ਖਾਣ ਨੂੰ ਭੋਜਨ ਵਾਂਗੂ ਤ੍ਰਿਪਤ ਕਰ ਦੇਵੇਗਾ। ਫਿਰ ਮਹਾਰਾਜ ਕਹਿੰਦੇ ਖਰਚ ਵਜੋਂ ਤੇਰੇ ਕੰਮ ਆਵੇਗਾ। ਇਹੋ ਜਿਹਾ ਹੈ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਜੋ ਪ੍ਰਲੋਕ ਵਿੱਚ ਤੇਰੇ ਵਰਤੋਂ ਵਿਹਾਰ ਵਿੱਚ ਆਵੇਗਾ। ਜਹ ਪੈਂਡੇ ਮਹਾ ਅੰਧ ਗੁਬਾਰਾ, ਫਿਰ ਜਿਸ ਪੈਂਡੇ ਦੇ ਉੱਤੇ ਜਿਸ ਰਸਤੇ ਦੇ ਉੱਤੇ ਮਹਾਰਾਜ ਕਹਿੰਦੇ ਮਹਾ ਅੰਧ ਗੁਬਾਰਾ, ਬਹੁਤ ਭਾਰੀ ਅੰਧ ਗੁਬਾਰ ਹੈ, ਜੇ ਇਹ ਜੇ 12 ਸੂਰਜ ਵੀ ਚੜ ਜਾਣ ਤਾਂ ਵੀ ਤਵੇ ਵਰਗੇ ਕਾਲੇ ਹੋ ਜਾਣ, ਇੰਨਾ ਕੁੱਪ ਹਨੇਰਾ ਹੈ। ਆ ਇੱਕ ਸੂਰਜ ਚੜ੍ਹਦਾ ਤੇ ਚਾਨਣ ਹੁੰਦਾ ਨਾ, ਪਰਲੋਕ ਦੀ ਰਾਹ ਬਾਬਤ ਦੱਸਿਆ ਕਿ ਇੰਨਾ ਕੁੱਪ ਹਨੇਰਾ, ਉੱਥਾਂ 12 ਇਹੋ ਜੇ ਸੂਰਜ ਚੜ ਜਾਣ ਤਾਂ ਵੀ ਕਾਲੇ ਹੋ ਜਾਂਦੇ ਆ ਤਵੇ ਵਰਗੇ, ਉਹਨਾਂ ਦਾ ਪ੍ਰਕਾਸ਼ ਨਹੀਂ ਉੱਥੇ ਪੈਂਦਾ। ਹੋਰ ਜ਼ਿਕਰ ਆਉਂਦਾ ਕਹਿੰਦੇ ਕ੍ਰਿਸ਼ਨ ਜੀ ਉਸ ਪਰਲੋਕ ਦੇ ਰਾਹ ਤੇ ਆਪਣੇ ਗੁਰੂ ਸੰਦੀਪਨ ਦੇ ਪੁੱਤਰਾਂ ਨੂੰ ਜਦੋਂ ਲੈਣ ਵਾਸਤੇ ਗਏ ਨਾ, ਤੇ ਰਥਵਾਹੀ ਕਹੇ ਮਹਾਰਾਜ ਅੱਗੇ ਤਾਂ ਦਿਸਦਾ ਕੁਝ ਨਹੀਂ, ਮੈਂ ਰੱਥ ਕਿਵੇਂ ਚਲਾਵਾਂ? ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਲੈ ਸਦਰਸ਼ਨ ਚੱਕਰ ਦੀ ਲੋਅ ਵਿੱਚ ਆਪਾਂ ਤੁਰੇ ਚੱਲਦੇ ਹਾਂ। ਇੰਨਾ ਕੁੱਪ ਹਨੇਰਾ ਕਿ ਉੱਥੇ ਕੁਝ ਵੀ ਦਿਖਾਈ ਨਹੀਂ ਪੈਂਦਾ ਹੈ। ਜਿਹੜੇ ਸੂਰਬੀਰ ਯੋਧੇ ਹੁੰਦੇ ਆ ਨਾ, ਇਹ ਸਾਧ ਸੰਗਤ ਜੀ ਸੂਰਿਆ ਮੰਡਲ ਨੂੰ ਵਿੰਨ ਕੇ ਜਿਹੜਾ ਹੈ ਉਹ ਦੇਵਪੁਰੀ ਨੂੰ ਜਾਂਦੇ ਆ, ਤੇ ਜਿਹੜੇ ਪਾਪੀ ਹੁੰਦੇ ਆ ਉਹਨਾਂ ਨੂੰ ਫਿਰ ਇਸ ਪਰਲੋਕ ਦੇ ਰਸਤੇ ਤੇ ਖਿੱਚਿਆ ਜਾਂਦਾ, ਧੂਹਿਆ ਜਾਂਦਾ, ਬਹੁਤ ਜ਼ਿਆਦਾ ਬੁਰੀ ਹਾਲਤ ਹੁੰਦੀ ਹੈ। ਜਿਹੜਾ ਉਹ ਬੈਤਰਨੀ ਨਦੀ ਦਾ ਪੁਲ ਪਾਰ ਕਰਨਾ ਪੈਂਦਾ ਨਾ, ਉਹਦੇ ਤੇ ਸਾਧ ਸੰਗਤ ਜੀ ਕਹਿੰਦੇ ਪਾਪੀ ਲੋਕ ਉੱਥੇ ਹੀ ਝੜ ਜਾਂਦੇ, ਉਹਨਾਂ ਦੇ ਸਰੀਰ ਕੋਈ ਪਾਰ ਕਰਦਾ ਪੁੰਨੀ ਉਸ ਪੁਲ ਨੂੰ, ਤੇ ਉਹ ਵੀ ਬੜੇ ਦੁੱਖਾਂ ਨੂੰ ਕਸ਼ਟਾਂ ਨੂੰ ਸਹਾਰਦੇ ਹੋਏ ਹੀ, ਕਿਉਂਕਿ ਜਦੋਂ ਸਮਾਂ ਇੰਨਾ ਲੱਗਦਾ ਪੁੰਨ ਬਦਲੇ ਸਵਾਰੀ ਮਿਲ ਗਈ, ਪਰ ਰਸਤੇ ਦੇ ਦੁੱਖ ਤਾਂ ਸਹਿਣੇ ਹੀ ਪੈ ਰਹੇ ਹਨ, ਰਸਤੇ ਦੀਆਂ ਕਠਿਨਾਈਆਂ ਤਾਂ ਆ ਹੀ ਰਹੀਆਂ ਹਨ ਨਾ। ਇਸ ਕਰਕੇ ਮਹਾਰਾਜ ਕਹਿੰਦੇ ਉੱਥੇ ਤਾਂ ਭਾਵੇਂ ਪੁੰਨੀ ਹੈ, ਹੁਣ ਹਨੇਰ ਤਾਂ ਅੱਗੇ ਪਿਆ ਹੀ ਹੋਇਆ ਨਾ, ਪੁੰਨ ਦੇ ਬਦਲੇ ਕੁਝ ਕਸ਼ਟ ਹਟ ਗਿਆ ਹੈ, ਪਰ ਫਿਰ ਵੀ ਦਰਪੇਸ਼ ਹਨੇਰੇ ਦੀ ਏਡੀ ਮੁਸ਼ਕਲ ਵਾ, ਕਿਵੇਂ ਤੁਰੇਗਾ? ਇੱਕ ਤਾਂ ਕੋਹਾਂ ਨਹੀਂ ਗਿਣੀਆਂ ਜਾ ਰਹੀਆਂ, ਤੁਰਨਾ ਕਿੰਨਾ ਪਤਾ ਹੀ ਨਹੀਂ, ਫਿਰ ਕਦੇ ਅੱਗ ਦੇ ਸਮੁੰਦਰ ਦਾ ਪੈਂਡਾ ਆ ਜਾਂਦਾ, ਕਦੇ ਤਿੱਖੇ ਪੱਛਾਂ ਵਾਲਾ ਜੰਗਲ ਆ ਜਾਂਦਾ ਹੈ, ਜਿੱਥੇ ਇੱਕ ਇੱਕ ਪੱਛ ਲੱਗਦਾ ਤੇ ਚੀਰ ਪੈਂਦੇ ਆ ਤੇ ਬੜਾ ਦੁਖੀ ਹੁੰਦਾ, ਕਦੇ ਇਹੋ ਜਿਹਾ ਕੰਡਿਆਲਾ ਥਾਂ ਆ ਜਾਂਦਾ ਪੈਰ ਨਹੀਂ ਧਰਿਆ ਜਾਂਦਾ, ਕਿਤੇ ਇਹੋ ਜਿਹਾ ਥਾਂ ਆ ਜਾਂਦਾ ਜਿੱਥੇ ਐਡੀ ਗਰਮੀ ਪੈਂਦੀ ਹੈ, ਉਹਦਾ ਮਹਾਰਾਜ ਅੱਗੇ ਜ਼ਿਕਰ ਕਰਨਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹ ਪੈਂਡੇ ਦੇ ਅੰਦਰ ਜਿਸ ਰਸਤੇ ਦੇ ਅੰਦਰ ਮਹਾ ਅੰਧ ਗੁਬਾਰਾ, ਮਹਾ ਬਹੁਤ ਭਾਰੀ ਇੰਨਾ ਹਨੇਰਾ ਹੈ ਕਿ ਤੈਨੂੰ ਹੱਥ ਵੀ ਪਸਾਰਿਆ ਨਹੀਂ ਦਿਖਾਈ ਦੇਣਾ, ਘੋਰ ਕੁੱਪ ਹਨੇਰਾ ਜਿਸ ਰਸਤੇ ਦੇ ਉੱਤੇ ਪਰਲੋਕ ਦੇ ਰਾਹ ਦੇ ਉੱਪਰ। ਹਰ ਕਾ ਨਾਮ ਸੰਗ ਉਜਿਆਰਾ, ਜੇ ਤੂੰ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਨਾ ਆਪਣੀ ਜ਼ਿੰਦਗੀ ਦੇ ਅੰਦਰ, ਉੱਥੇ ਫਿਰ ਨਾਮ ਤੇਰੇ ਅੱਗੇ ਉਜਾਲਾ ਕਰ ਦੇਵੇਗਾ, ਤੇਰਾ ਮਾਰਗ ਦਰਸ਼ਨ ਕਰੇਗਾ, ਤੇਰੇ ਸਾਰੇ ਕਸ਼ਟ ਨਿਵਰਤ ਕਰ ਦੇਵੇਗਾ, ਇੰਨਾ ਤੈਨੂੰ ਸੁੱਖ ਪ੍ਰਤੀਤ ਹੋਵੇਗਾ। ਉਦੋਂ ਫਿਰ ਝੋਰੇਗਾ ਵੀ ਕਿ ਮਨਾ ਇੰਨਾ ਨਾਮ ਸੁੱਖ ਦੇਣ ਵਾਲਾ, ਤੇ ਤੂੰ ਕਿਉਂ ਨਹੀਂ ਜਪਿਆ, ਕਿਉਂ ਨਹੀਂ ਭਜਨ ਕੀਤਾ? ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਮਹਿਮਾ ਤੈਨੂੰ ਸਰੀਰ ਤੋਂ ਛੱਡਣ ਤੋਂ ਬਾਅਦ ਪਤਾ ਲੱਗਣੀ ਹੈ, ਹੁਣ ਤਾਂ ਮਾਇਆ ਦੀ ਗਾਫਲਤਾਈ ਵਿੱਚ ਭੁੱਲਿਆ ਹੀ ਹੋਇਆ, ਚੇਤੇ ਨਹੀਂ ਕਰਦਾ ਹੈ।
ਮਹਾਰਾਜ ਕਹਿੰਦੇ ਉੱਥੇ ਇੰਨੇ ਕੁੱਪ ਹਨੇਰੇ ਵਿੱਚ ਜਿੱਥੇ ਕੁਝ ਵੀ ਦਿਖਾਈ ਨਹੀਂ ਦਿੰਦਾ, ਉੱਥੇ ਵਾਹਿਗੁਰੂ ਦਾ ਨਾਮ ਤੇਰੇ ਅੱਗੇ ਉਜਾਲਾ ਕਰ ਦੇਵੇਗਾ, ਪ੍ਰਕਾਸ਼ ਕਰ ਦੇਵੇਗਾ, ਤੈਨੂੰ ਰਾਹ ਦਿਸੇਗਾ, ਸੌਖਾ ਤੁਰ ਪਵੇਗਾ, ਵਾਹਿਗੁਰੂ ਦਾ ਨਾਮ ਤੇਰੇ ਕਸ਼ਟ ਨਿਵਰਤ ਕਰੇਗਾ। ਜਹਾਂ ਪੰਥ ਤੇਰਾ ਕੋ ਨਸ਼ਿਆਨੂ, ਤੇ ਜਿਸ ਪੰਥ ਦੇ ਰਸਤੇ ਦੇ ਉੱਤੇ ਤੇਰਾ ਕੋਈ ਪਛਾਣੂ ਹੀ ਨਹੀਂ, ਤੈਨੂੰ ਕੋਈ ਮਲਾਪੀ ਨਹੀਂ, ਤੇਰਾ ਕੋਈ ਵਾਕਫ ਵੀ ਨਹੀਂ। ਸਾਧ ਸੰਗਤ ਜੀ, ਜਦੋਂ ਪ੍ਰਦੇਸ ਚਲੇ ਜਾਈਏ ਨਾ, ਲੋਕ ਬੋਲੀ ਵੀ ਹੋਰ ਬੋਲਦੇ ਹੋਣ ਤੇ ਕੋਈ ਤੁਹਾਡੇ ਮੁਸ਼ਕਲ ਨੂੰ ਸਮਝ ਨਾ ਸਕਦਾ ਹੋਵੇ, ਇੰਨਿਆਂ ਵਿੱਚ ਤੁਸੀਂ ਫਿਰ ਵੀ ਇਕੱਲੇ ਹੀ ਹੁੰਦੇ ਆ, ਕਿਉਂਕਿ ਤੁਹਾਡੀ ਜਿਹੜੀ ਕੋਈ ਮੁਸ਼ਕਲ ਹੈ ਉਹਨੂੰ ਉਹ ਸਮਝ ਨਹੀਂ ਪਾ ਰਹੇ, ਤੁਹਾਨੂੰ ਬੋਲੀ ਬੋਲਣੀ ਨਹੀਂ ਆਉਂਦੀ, ਤੇ ਨਾਲੇ ਉਹ ਤੁਹਾਡਾ ਕੋਈ ਮਿਲਾਪੀ ਬਣਨਾ ਹੀ ਨਹੀਂ ਚਾਹੁੰਦਾ, ਕੋਈ ਜਾਣ ਪਛਾਣ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉੱਥੇ ਕੋਈ ਵੀ ਤੇਰਾ ਮਿਲਾਪੀ ਹੋਣਾ ਹੀ ਨਹੀਂ, ਜਿਸ ਪੰਥ ਰਸਤੇ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਕੋਈ ਤੇਰੀ ਪਛਾਣ ਕਰਨ ਵਾਲਾ ਨਹੀਂ, ਤੈਨੂੰ ਜਾਣਨ ਵਾਲਾ ਨਹੀਂ ਹੋਵੇਗਾ। ਹਰ ਕਾ ਨਾਮ ਨਾਲ ਪਛਾਣੋ, ਉੱਥੇ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਤੇਰੇ ਨਾਲ ਤੇਰੀ ਪਛਾਣ ਕਰਾਵੇਗਾ, ਤੇਰੀ ਆਇਡੈਂਟੀ ਹੋਵੇਗੀ। ਸਾਧ ਸੰਗਤ ਜੀ, ਇਹ ਨਾਮ ਸਭ ਦੇਸ਼ਾਂ ਵਿੱਚ ਪਛਾਣ ਕਰਵਾ ਦੇਣ ਵਾਲਾ ਹੈ। ਸੱਚੇ ਪਾਤਸ਼ਾਹ ਨੇ ਕਿਹਾ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਜਿੱਥੇ ਲੇਖਾ ਮੰਗਿਆ ਜਾਂਦਾ ਨਾ, ਉੱਥੇ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਆਇਡੈਂਟੀ ਵਜੋਂ ਕੰਮ ਆਉਂਦਾ ਹੈ। ਸਤਿਗੁਰੂ ਕਹਿੰਦੇ ਜਿੱਥੇ ਕੋਈ ਤੇਰੀ ਜਾਣ ਪਛਾਣ ਨਹੀਂ, ਕੋਈ ਤੇਰਾ ਮਿਲਾਪੀ ਨਹੀਂ, ਉੱਥੇ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਤੇਰੀ ਪਛਾਣ ਕਰਾਵੇਗਾ, ਤੈਨੂੰ ਸਾਰੇ ਜਾਣਨ ਲੱਗ ਪੈਣਗੇ। ਇਹ ਨਾਮ ਦੀ ਪ੍ਰਭਤਾ ਹੈ, ਇਹ ਨਾਮ ਦੀ ਵਡਿਆਈ ਹੈ, ਵਾਹਿਗੁਰੂ ਦਾ ਨਾਮ ਤੇਰੀ ਜਾਣ ਪਛਾਣ ਬਣਾਵੇਗਾ। ਜਹਾਂ ਮਹਾ ਭਿਆਨ ਤਪਤ ਬਹੁ ਘਾਮ, ਜਿਸ ਮਹਾਰਾਜ ਕਹਿੰਦੇ ਰਸਤੇ ਦੇ ਉੱਤੇ ਇੰਨੀ ਘਾਮ ਗਰਮੀ ਪੈਂਦੀ ਹੈ ਕਿ ਮਹਾ ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਤਪਸ਼ ਪੈਂਦੀ ਹੈ ਤਿੱਖੀ। ਜੈ ਮਹਾ ਭਿਆਨ ਤਪਤ ਬਹੁ ਘਾਮ, ਬਹੁਤੀ ਭਿਆਨਕ ਗਰਮੀ ਹੈ, ਇੰਨੀ ਘਾਮ ਗਰਮੀ ਪੈਂਦੀ ਹੈ ਕਿ ਤਿੱਖੀ ਤਪਸ਼ ਪੈਂਦੀ ਹੈ ਬਹੁਤ ਜ਼ਿਆਦਾ। ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਉੱਥੇ ਵਾਹਿਗੁਰੂ ਦੇ ਨਾਮ ਜੇ ਤੂੰ ਜਪਿਆ ਹੋਇਆ ਤੇਰੇ ਉੱਤੇ ਛਾਂ ਕਰ ਦੇਵੇਗਾ ਜਪਿਆ ਹੋਇਆ ਨਾਮ। ਇੰਨੀ ਤਿੱਖੀਆਂ ਸੂਰਜ ਦੀਆਂ ਕਿਰਨਾਂ ਪੈਣਗੀਆਂ ਜਦੋਂ ਇਹੋ ਜਿਹਾ ਰਸਤਾ ਆ ਜਾਏਗਾ ਕਿ ਬਹੁਤ ਜ਼ਿਆਦਾ ਇਸ ਪ੍ਰਕਾਰ ਘਾਮ ਗਰਮੀ ਹੋਵੇਗੀ, ਇੰਨੀ ਜ਼ਿਆਦਾ ਤਪਸ਼ ਕਿ ਥਿੱਲੋਂ ਰੇਤ ਵੀ ਤਪਦੀ ਹੋਵੇਗੀ। ਜਦੋਂ ਇਹੋ ਜਿਹਾ ਰਾਹ ਆਉਂਦਾ ਨਾ, ਇਹ ਰਸਤੇ ਦੇ ਸਾਧ ਸੰਗਤ ਜੀ ਜਿਹੜੇ ਕਸ਼ਟ ਆਉਂਦੇ ਆ, ਮਹਾਰਾਜ ਸਾਹਿਬ ਜੀ ਉਹਨਾਂ ਦਾ ਜ਼ਿਕਰ ਕਰਦੇ ਆ ਕਿ ਜਦੋਂ ਇੰਨਾ ਜ਼ਿਆਦਾ ਔਖਾ ਰਾਹ ਆ ਗਿਆ ਕਿ ਗਰਮੀ ਦੇ ਵਿੱਚ ਤਪਸ਼ ਦੇ ਵਿੱਚ ਥਿੱਲੋਂ ਵੀ ਤਪਸ਼ ਚੜ੍ਹਦੀ ਆ, ਇੰਨਾ ਸੇਕ ਪੈਂਦਾ ਹੈ, ਮਹਾਰਾਜ ਕਹਿੰਦੇ ਤੇਰੇ ਕੋਲੋਂ ਪੈਰ ਨਹੀਂ ਪੁੰਜੇ ਧਰਿਆ ਜਾਣਾ, ਇੰਨਾ ਦੁੱਖਦਾਈ ਉਹ ਵੇਲਾ ਹੋਵੇਗਾ। ਤੇ ਜੇ ਤੂੰ ਜਪਿਆ ਹੋਏਗਾ ਨਾ ਵਾਹਿਗੁਰੂ ਦਾ ਨਾਮ, ਮਹਾਰਾਜ ਦਾ ਜਪਿਆ ਹੋਇਆ ਨਾਮ ਤੇਰੇ ਉੱਤੇ ਛਾਂ ਕਰ ਦੇਵੇਗਾ, ਉਹ ਸਾਰੀ ਘਾਮ ਨੂੰ ਗਰਮੀ ਨੂੰ ਉਸ ਤਪਸ਼ ਨੂੰ ਨਿਵਰਤ ਕਰ ਦੇਵੇਗਾ। ਜਹਾਂ ਤਿਰਖਾ ਮਨ ਤੁਝ ਆ ਕਰਖਾ, ਤੇ ਜਿੱਥੇ ਫਿਰ ਤ੍ਰੇਹ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਤੈਨੂੰ ਵਿਆਕੁਲ ਕਰੇਗੀ, ਕਿਉਂਕਿ ਗਰਮੀ ਵਿੱਚ ਇੰਨੀ ਪਿਆਸ ਲੱਗਦੀ ਹੈ। ਸਤਿਗੁਰੂ ਜੀ ਕਹਿੰਦੇ ਉਸ ਗਰਮੀ ਵਿੱਚ ਜਿਹੜੀ ਤੈਨੂੰ ਪਿਆਸ ਲੱਗਣੀ ਹੈ ਨਾ, ਤੇ ਤੇਰੀ ਜ਼ਬਾਨ ਜਿਹੜੀ ਹੈ ਨਾ ਉਹ ਖਿੱਚ ਕੇ ਹਲਕ ਨਾਲ ਜਾ ਲੱਗੇਗੀ, ਇੰਨਾ ਜ਼ਿਆਦਾ ਪਿਆਸ ਨਾਲ ਵਿਆਕੁਲ ਹੋਵੇਗਾ ਕਿ ਜ਼ਬਾਨ ਤਾਲੂ ਨਾਲ ਲੱਗ ਜਾਵੇਗੀ,
ਮੂੰਹ 'ਚ ਵੀ ਥੁੱਕ ਸੁੱਕ ਜਾਵੇਗਾ, ਬੁਰੀ ਹਾਲਤ ਹੋਵੇਗੀ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਹਾਂ ਤਿਰਖਾ ਮਨ ਤੁਜ ਆ ਕਰਖੈ, ਫਿਰ ਪੜੋ ਇੱਥੋਂ ਪੜੋ, ਹਾਂਜੀ, ਜਹਾਂ ਤਿਰਖਾ ਮਨ ਤੁਜ ਆ ਕਰਖੈ। ਮਹਾਰਾਜ ਕਹਿੰਦੇ ਜਿੱਥੇ ਤਿਰਖਾ ਤ੍ਰੇਹ ਜਿਹੜੀ ਹੈ ਨਾ ਇੰਨੀ ਵਿਆਪੇਗੀ ਕਿ ਤੇਰਾ ਮਨ ਜਿਹੜਾ ਨਾ ਉਹ ਅਕਰਖਣ ਭਾਵ ਖਿੱਚਿਆ ਜਾਵੇਗਾ, ਬਹੁਤ ਬੁਰੀ ਹਾਲਤ ਹੋਵੇਗੀ। ਮਨ ਜਿਹੜਾ ਤੇਰਾ ਵਿਆਕੁਲ ਹੋਵੇਗਾ, ਜ਼ਬਾਨ ਵੀ ਜਿਹੜੀ ਤੇਰੀ ਉਹ ਅਕਰਖਣ ਭਾਵ ਖਿੱਚੀ ਜਾਵੇਗੀ ਪਿਆਸ ਨਾਲ। ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੋ ਜੀ ਵਿਆਕੁਲ ਥਾਂ ਤੇ, ਇਹੋ ਜੇ ਦੁਖਦਾਈ ਸਮੇਂ ਤੇ ਵਾਹਿਗੁਰੂ ਦਾ ਨਾਮ ਜੇ ਤੂੰ ਜਪਿਆ ਹੋਇਆ ਤੇ ਉੱਥੇ ਨਾਮ ਅੰਮ੍ਰਿਤ ਵਰਖਾ ਤੇਰੇ ਤੇ ਕਰ ਦੇਵੇਗਾ, ਸਾਰਾ ਤੇਰਾ ਉਹ ਦੁੱਖ ਜਿਹੜਾ ਨਾ ਉਸੇ ਵੇਲੇ ਛਿਨ ਮਾਤਰ ਸਮੇਂ ਚ ਨਸ਼ਟ ਹੋ ਜਾਵੇਗਾ। ਵਾਹਿਗੁਰੂ ਵਾਹਿਗੁਰੂ ਨਾਮ ਦੀ ਤੇਰੇ ਤੇ ਵਰਖਾ ਹੋਵੇਗੀ, ਨਾਮ ਅੰਮ੍ਰਿਤ ਦੀ ਵਰਖਾ ਨਾਲ ਤ੍ਰਿਪਤ ਹੋ ਜਾਵੇਗਾ, ਚਾਰ ਸ਼ਫੇਰਾ ਹੀ ਤੇਰਾ ਠਰ ਜਾਵੇਗਾ, ਇਹਨਾਂ ਤੈਨੂੰ ਨਾਮ ਉਸ ਰਸਤੇ ਤੇ ਸੁਖ ਦੇਵੇਗਾ। ਭਗਤ ਜਨਾ ਕੀ ਬਰਤਨ ਨਾਮ, ਭਗਤ ਜਨਾ ਕੀ ਬਰਤਨ ਨਾਮ। ਮਹਾਰਾਜ ਕਹਿੰਦੇ ਜਿਹੜੇ ਭਗਤ ਜਨ ਹਨ ਨਾ ਉਹਨਾਂ ਦਾ ਤਾਂ ਵਰਤੋਂ ਵਿਹਾਰ ਹੀ ਨਾਮ ਹੈ, ਉਹ ਨਾਮ ਦਾ ਹੀ ਸੌਦਾ ਲੈਂਦੇ ਹੈ, ਨਾਮ ਦਾ ਹੀ ਸੌਦਾ ਦਿੰਦੇ ਹੈ, ਉਹਨਾਂ ਦਾ ਵਰਤ ਵਿਹਾਰ ਉਹਨਾਂ ਦੀ ਗੱਲਬਾਤ ਨਾਮ ਹੈ, ਨਾਮ ਦੀ ਮਹਿਮਾ ਸੁਣਦੇ ਹੈ, ਨਾਮ ਦੀ ਮਹਿਮਾ ਕਹਿੰਦੇ ਹੈ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਵਰਤਣਾ, ਉਹਨਾਂ ਦਾ ਆਚਰਣ, ਉਹਨਾਂ ਦਾ ਜੀਵਨ, ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਕਿਰਤ ਵਾਹਿਗੁਰੂ ਦਾ ਨਾਮ ਹੈ। ਨਾਮ ਤੋਂ ਬਿਨਾਂ ਹੋਰ ਕਿਸੇ ਚੀਜ਼ ਵਿੱਚ ਪ੍ਰਵਿਰਤੀ ਨਹੀਂ ਹੁੰਦੇ ਵਾਹਿਗੁਰੂ ਦੇ ਭਗਤ, ਹਰ ਵੇਲੇ ਨਾਮ ਨੂੰ ਹੀ ਆਪਣਾ ਜੀਵਨ ਉਹਨਾਂ ਨੇ ਬਣਾਇਆ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਇਹ ਨਾਮ ਜਿਹੜਾ ਭਗਤ ਜਨਾਂ ਦੇ ਵਰਤਣ ਵਾਸਤੇ ਉੱਤਮ ਪਦਾਰਥ ਹੈ, ਭਗਤ ਜਨ ਸਦਾ ਨਾਮ ਦੇ ਵਿੱਚ ਹੀ ਵਰਤਦੇ ਆ, ਪ੍ਰਵਿਰਤ ਹੁੰਦੇ ਆ। ਸੰਤ ਜਨਾ ਕੈ ਮਨ ਵਿਸ਼ਰਾਮ, ਜਿਹੜੇ ਸੰਤ ਜਨ ਹਨ ਮਹਾਂਪੁਰਖ, ਐਸੇ ਸਤ ਪੁਰਸ਼ਾਂ ਦੇ ਮਨ ਦੇ ਅੰਦਰ ਨਾਮ ਦਾ ਵਿਸ਼ਰਾਮ ਹੁੰਦਾ, ਨਾਮ ਦਾ ਟਿਕਾ ਹੁੰਦਾ ਏ। ਹਰ ਕਾ ਨਾਮ ਦਾਸ ਕੀ ਓਟ, ਜੋ ਦਾਸ ਨੇ ਸੇਵਕ ਉਹਨਾਂ ਨੂੰ ਤਾਂ ਹਰੇ ਦੇ ਨਾਮ ਦੀ ਹੀ ਓਟ ਹੈ, ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਦਾਸਾਂ ਨੂੰ ਕਿ ਮਹਾਰਾਜ ਕੌਣ ਹੈ ਹੋਰ ਤੁਹਾਡੇ ਤੋਂ ਬਿਨਾਂ ਸਾਡਾ, ਉਹ ਨਾਮ ਦੀ ਹੀ ਟੇਕ ਲੈ ਕੇ ਰੱਖਦੇ ਹੈ ਜਿਹੜੇ ਦਾਸਾ ਭਾਵ ਧਾਰਨ ਕਰਦੇ ਆ। ਹਰ ਕਾ ਨਾਮ ਉਧਰੇ ਜਨ ਕੋਟ, ਇੱਕ ਨਹੀਂ ਦੋ ਨਹੀਂ, ਮਹਾਰਾਜ ਕਹਿੰਦੇ ਹਰੀ ਦਾ ਨਾਮ ਜਪ ਕਰਕੇ ਗੁਰਸਿੱਖੋ ਕਰੋੜਾਂ ਹੀ ਉਧਰ ਗਏ ਪਹਿਲਾਂ, ਹੁਣ ਉਧਰ ਰਹੇ ਹੈ, ਆਉਣ ਵਾਲੇ ਸਮੇਂ ਵਿੱਚ ਵੀ ਉਧਰ ਜਾਣਗੇ। ਹਰ ਜਸ ਕਰਤ ਸੰਤ ਦਿਨ ਰਾਤ, ਜੋ ਸੰਤ ਨੇ ਸਤ ਪੁਰਸ਼ ਉਹ ਰਾਤ ਦਿਨ ਹਰੀ ਦੇ ਨਾਮ ਦਾ ਜਸ ਕਰਦੇ ਰਹਿੰਦੇ ਆ, ਪਿਆਰ ਦੇ ਵਿੱਚ ਭਿੱਜੇ ਹੋਏ, ਉਹਨਾਂ ਨੂੰ ਪਤਾ ਹੈ ਕਿ ਲਾਹਾ ਇਹੋ ਹੀ ਹੈ, ਹੋਰ ਕੋਈ ਲਾਹਾ ਨਹੀਂ ਸੰਸਾਰ ਦੇ ਅੰਦਰ, ਰਾਤ ਦਿਨ ਪ੍ਰੀਤ ਨਾਲ ਜੁੜੇ ਹੋਏ ਵਾਹਿਗੁਰੂ ਦੇ ਨਾਮ ਦਾ ਰਸ ਲੈਂਦੇ ਆ। ਹਰ ਹਰ ਔਖਦ ਸਾਧ ਕਮਾਤ, ਜੋ ਵਾਹਿਗੁਰੂ ਵਾਹਿਗੁਰੂ ਨਾਮ ਦੀ ਔਸ਼ਧੀ ਹੈ ਨਾ ਦਵਾਈ, ਇਹ ਸਾਧ ਸੰਗਤ ਜੀ ਸਾਧੂ ਇਹਦੀ ਕਮਾਈ ਕਰਦੇ ਆ, ਇਸ ਦਵਾਈ ਨੂੰ ਇਕੱਠਿਆਂ ਕਰਦੇ ਆ, ਇੱਕ ਇੱਕ ਵਾਹਿਗੁਰੂ ਜ਼ਬਾਨ ਦੇ ਨਾਲ ਸ਼ਬਦ ਕਹਿਣ ਕਰਕੇ ਉਹਨਾਂ ਨੂੰ ਪਤਾ ਲੱਗ ਜਾਂਦਾ, ਇਹਦਾ ਤਾਂ ਫਲ ਹੀ ਨਹੀਂ ਦੱਸਿਆ ਜਾ ਸਕਦਾ। ਮਨ ਦੇ ਅੰਦਰ ਜਿਹੜੇ ਅਸਾਧ ਰੋਗ ਨੇ
ਉਹਨਾਂ ਰੋਗਾਂ ਨੂੰ ਨਾਸ਼ ਕਰਨ ਲਈ ਰਾਤ ਦਿਨ ਇਹੋ ਹੀ ਦਵਾਈ ਜਿਹੜੀ ਹੈ ਨਾ ਅਬਸ਼ਦੀ ਸਾਧ ਸੰਗਤ ਜੀ ਉਹ ਆਪਣੇ ਮੁੱਖ ਤੋਂ ਖਾਂਦੇ ਰਹਿੰਦੇ ਆ, ਧਾਰਨ ਕਰਦੇ ਰਹਿੰਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਸੰਤ ਜਨਾ ਕੀ ਸੰਤ ਹਰ ਹਰ ਔਖਦ, ਹਰ ਹਰ ਔਖਦ ਸਾਧ ਕਮਾਤ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਵਾਹਿਗੁਰੂ ਵਾਹਿਗੁਰੂ ਨਾਮ ਦੀ ਔਸ਼ਧੀ ਜਿਹੜੀ ਆ ਨਾ ਉਹਨੂੰ ਸਾਧੂ ਕਮਾਉਂਦੇ ਆ, ਭਾਵ ਇਕੱਠਿਆਂ ਕਰਦੇ ਆ, ਨਾਮ ਦੀ ਸਿਮਰਨ ਦੀ ਕਮਾਈ ਕਰਦੇ ਆ। ਤੋ ਚਿੱਤ ਆਪਣਾ ਪੰਕਤੀ ਦੇ ਅਰਥ ਵਿੱਚ ਇਕਾਗਰ ਰੱਖਿਆ ਕਰੋ, ਫਿਰ ਨਹੀਂ ਤਾਂ ਚੇਤੇ ਭੁੱਲ ਜਾਂਦਾ। ਪੜ੍ਹੋ ਅੱਗੇ, ਹਰ ਜਨ ਕਹਿ ਹਰ ਨਾਮ ਨਿਧਾਨ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਹਰੀ ਦੇ ਜਨ ਪਿਆਰੇ ਹੈ ਉਹਨਾਂ ਨੂੰ ਨਾਮ ਦਾ ਹੀ ਨਿਧਾਨ ਖਜ਼ਾਨਾ ਹੈ, ਨਾਮ ਦੀ ਹੀ ਪੂੰਜੀ ਇਕੱਠੀ ਕਰਦੇ ਹੈ। ਆ ਝੂਠੀ ਮਾਇਆ ਦੇ ਤਾਂ ਜਿਹੜੇ ਹੈ ਨਾ ਇਹ ਖਜ਼ਾਨੇ ਨਹੀਂ ਭਰਦੇ, ਇਹ ਤਾਂ ਸੁਤੇ ਉਹਨਾਂ ਨੂੰ ਪਤਾ ਵਰਤਣ ਲਈ ਆਈ ਜਾਂਦੀ ਹੈ, ਜਾਈ ਵੀ ਜਾਂਦੀ ਹੈ, ਪਰ ਉਹ ਨਾਮ ਦੀ ਪੂੰਜੀ ਨੂੰ ਇਕੱਠਿਆਂ ਕਰਦੇ ਹੈ, ਨਾਮ ਦਾ ਨਿਧਾਨ ਖਜ਼ਾਨਾ ਇਕੱਤਰ ਕਰ ਲੈਂਦੇ ਆ ਜਿੰਨਾ ਚਿਰ ਜੀਵਨ ਹੈ। ਪਾਰ ਬ੍ਰਹਮ ਜਨ ਕੀਨੋ ਦਾਨ। ਇਹ ਜਿਹੜਾ ਨਾਮ ਹੈ ਨਾ ਰੱਬ ਦੇ ਪਿਆਰਿਆਂ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਵੀ ਮੁੱਲ ਬਦਲੇ ਨਹੀਂ ਮਿਲਦਾ, ਇਹ ਤਾਂ ਪਾਰ ਬ੍ਰਹਮ ਪਰਮੇਸ਼ਰ ਨੇ ਤਰਸ ਕਰਕੇ ਸਾਨੂੰ ਦਾਨ ਹੀ ਦੇ ਦਿੱਤਾ ਹੈ, ਇਹ ਤਾਂ ਸਿਰਵੱਟੇ ਵੀ ਨਹੀਂ ਮਿਲਦਾ ਨਾਮ। ਇੰਨਾ ਸੌਦਾ ਇਹ ਆਪਾਂ ਜਾਣਦੇ ਹਾਂ ਸਾਧ ਸੰਗਤ ਜੀ, ਪਰ ਬਹੁਤ ਦੁਸ਼ਤਰ ਵੈ ਨਾਮ। ਸਿਰਵੱਟੇ ਵੀ ਜੇ ਮਿਲ ਜੇ ਤਾਂ ਸਸਤਾ ਹੀ ਸੌਦਾ, ਕੋਈ ਮਹਿੰਗਾ ਸੌਦਾ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਵਾਹਿਗੁਰੂ ਦੇ ਪਿਆਰੇ ਨਾਮ ਨੂੰ ਅਮੋਲਕ ਜਾਣ ਕਰਕੇ ਸਦਾ ਹੀ ਨਾਮ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰ ਲੈਂਦੇ ਹੈ। ਉਹਨਾਂ ਨੂੰ ਪਤਾ ਹੈ ਕਿ ਵਾਹਿਗੁਰੂ ਨੇ ਤਰਸ ਕਰਕੇ ਸਾਨੂੰ ਦਾਨ ਦੇ ਦਿੱਤਾ ਹੈ। ਹਜ਼ੂਰ ਕਹਿੰਦੇ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਆ ਬ੍ਰਹਮ ਵਿਆਪਕ ਸਰੂਪ, ਉਹ ਵਾਹਿਗੁਰੂ ਦਾਨ ਹੀ ਦਿੰਦਾ ਹੈ ਆਪਣੇ ਪਿਆਰਿਆਂ ਨੂੰ ਨਾਮ ਦਾ। ਮਨ ਤਨ ਰੰਗ ਮਨ ਤਨ ਰੰਗ ਰਤੇ ਰੰਗ ਏਕ। ਜਿਨ੍ਹਾਂ ਦਾ ਮਨ ਵੀ ਤੇ ਤਨ ਵੀ ਰੰਗਿਆ ਗਿਆ ਹੈ ਤੇ ਇੱਕੋ ਪਿਆਰ ਦੇ ਰੰਗ ਵਿੱਚ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜੇ ਰੰਗੇ ਗਏ ਹੈ, ਜਿਨ੍ਹਾਂ ਨੂੰ ਚੂਹ ਚੂਹਾ ਰੰਗ ਚੜ ਗਿਆ ਹੈ ਪ੍ਰੇਮ ਦਾ, ਤਨ ਵੀ ਉਹਨਾਂ ਦਾ ਭਜਨ ਵਿੱਚ ਲੱਗ ਗਿਆ, ਮਨ ਵੀ ਉਸ ਪ੍ਰੀਤ ਵਿੱਚ ਸਮਾਇਆ ਰਹਿੰਦਾ ਹੈ, ਮੱਛੀ ਦੀ ਤਰ੍ਹਾਂ ਹਰ ਵੇਲੇ ਭਜਨ ਦਾ ਹੀ ਪਿਆਰ ਉਹਨਾਂ ਦੇ ਅੰਦਰ ਇੰਨੀ ਪ੍ਰੀਤ ਨਾਲ ਜਪਦੇ ਹੈ ਕਿ ਨੇਤਰਾਂ ਵਿੱਚੋਂ ਬਰਾਗ ਵਹਿੰਦਾ ਰਹਿੰਦਾ ਹੈ। ਉਹ ਪਿਆਰ, ਉਹ ਆਨੰਦ, ਉਹ ਰਸ ਉਹਨਾਂ ਕੋਲੋਂ ਬਿਆਨ ਨਹੀਂ ਕੀਤਾ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਤੇ ਤਨ ਰੰਗਿਆ ਜਾਂਦਾ ਹੈ ਪਿਆਰ ਦੇ ਰੰਗ ਦੇ ਅੰਦਰ, ਇੱਕੋ ਹੀ ਉਹਨਾਂ ਨੂੰ ਮਸਤੀ ਪਿਆਰ ਦੀ ਨਾਮ ਦੀ ਚੜੀ ਰਹਿੰਦੀ ਹੈ। ਨਾਨਕ ਜਨ ਕਾ ਬ੍ਰਤ ਬਿਬੈ ਕਾ। ਜਿਹੜੇ ਜਨ ਹਨ ਪਿਆਰੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਬਿਰਤੀ ਵਿੱਚ ਵਿਵੇਕ ਆ ਜਾਂਦਾ ਹੈ, ਗਿਆਨ ਆ ਜਾਂਦਾ, ਗਿਆਨ ਨਾਲ ਉਹਨਾਂ ਦੀ ਬਿਰਤੀ ਪ੍ਰਕਾਸ਼ ਆਉਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਜਨ ਕੈ ਬਿਰਤ ਬਿਵੇਕੈ। ਜਿਹੜੇ ਜਨ ਪਿਆਰੇ ਹੁੰਦੇ ਆ ਨਾ ਉਹਨਾਂ ਦੀ ਬਿਰਤ ਰੋਜੀ ਕੀ ਹੈ? ਸਾਧ ਸੰਗਤ ਜੀ ਗਿਆਨ ਦਾ ਪ੍ਰਸਾਦ ਹੀ ਉਹਨਾਂ ਦੀ ਰੋਜੀ। ਰੋਜੀ ਰੋਟੀ ਕਮਾਉਣ ਵਿੱਚ ਸੰਸਾਰ ਕਿੰਨੀ ਫਿਕਰ ਕਰਦਾ, ਜਿਹੜੇ ਰੱਬ ਦੇ ਪਿਆਰੇ ਹੈ ਉਹਨਾਂ ਦੀ ਉਪਜੀਵਿਕਾ ਵੀ ਵਾਹਿਗੁਰੂ ਦੇ ਨਾਮ ਦਾ ਗਿਆਨ ਹੀ ਹੈ। ਨਾਮ ਦੇ ਵਿੱਚ ਹੀ ਆਪਣੀ ਸੁਰਤ ਟਿਕਾਉਂਦੇ ਹੈ, ਨਾਮ ਦੀ ਹੀ ਰੋਜੀ ਕਮਾਉਂਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਦਾ ਵਰਤੋਂ ਵਿਹਾਰ, ਉਹਨਾਂ ਦੀ ਉਪਜੀਵਿਕਾ ਨਾਮ ਹੀ ਹੈ ਤੇ ਉਹਨਾਂ ਦੀ ਬਿਰਤ ਬਿਰਤੀ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੈ।
ਹਰ ਕਾ ਨਾਮ ਜਨ ਕੋ ਮੁਕਤ ਜੁਗਤ। ਜੋ ਵਾਹਿਗੁਰੂ ਦਾ ਨਾਮ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਜਨ ਪਿਆਰਿਆਂ ਵਾਸਤੇ ਸਾਰੀ ਮੁਕਤੀਆਂ ਦੀ ਜੁਗਤੀ ਵੀ ਇਹੋ ਹੀ ਹੈ। ਮੁਕਤ ਦੀ ਜੁਗਤ ਉਹਨਾਂ ਨੂੰ ਕੀ ਲੱਭੀ ਹੈ? ਹਰ ਵੇਲੇ ਨਾਮ ਦਾ ਭਜਨ ਕਰਨਾ, ਨਾਮ ਵਿੱਚ ਸੁਰਤ ਟਿਕੀ ਰਹੇ। ਸਾਧ ਸੰਗਤ ਜੀ, ਉਹਨਾਂ ਨੂੰ ਇਹੀ ਪਤਾ ਲੱਗਾ ਹੈ ਸਤਿਗੁਰੂ ਦੇ ਉਪਦੇਸ਼ ਨਾਲ ਕਿ ਨਾਮ ਵਿੱਚ ਹੀ ਜੁੜੇ ਰਹੇ ਤੇ ਸਾਰਾ ਕੁਛ ਪ੍ਰਾਪਤ ਹੋ ਜਾਣਾ। ਉਹਨਾਂ ਨੇ ਨਾਮ ਨੂੰ ਮੁਕਤੀ ਦੀ ਜੁਗਤ ਜਾਣਿਆ ਹੋਇਆ, ਕਿਉਂਕਿ ਕਲ ਮਹਿ ਮੁਕਤ ਨਾਮ ਤੇ ਪਾਵਤ ਗੁਰਜਹਿ ਭੇਦ ਬਤਾਵੈ। ਇਹ ਭੇਦ ਗੁਰੂ ਸਾਹਿਬ ਨੇ ਦੱਸ ਦਿੱਤਾ ਕਿ ਕਲਯੁਗ ਦੇ ਵਿੱਚ ਜੇ ਮੁਕਤੀ ਮਿਲਣੀ ਹੈ ਤੇ ਨਾਮ ਤੋਂ ਮਿਲਣੀ ਹੈ। ਰੱਬ ਦੇ ਪਿਆਰਿਆਂ ਨੂੰ, ਜਿਨ੍ਹਾਂ ਨੂੰ ਨਾਮ ਦੀ ਪ੍ਰੀਤ ਲੱਗੀ ਹੈ, ਜਿਨ੍ਹਾਂ ਨੇ ਜਾਣ ਲਿਆ ਹੈ ਕਿ ਮੁਕਤੀ ਦੀ ਜੁਗਤ ਨਾਮ ਦੇ ਵਿੱਚ ਛਿਪੀ ਹੋਈ ਹੈ। ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ। ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਜਿਹੜਾ ਨਾ ਉਹ ਤ੍ਰਿਪਤੀ ਕਰਨ ਵਾਲਾ ਹੈ, ਭੁਗਤ ਸਾਰੇ ਹੀ ਪਦਾਰਥਾਂ ਦਾ ਸੁੱਖ ਦੇਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਜਿਨ੍ਹਾਂ ਨੂੰ ਨਾਮ ਦਾ ਪਿਆਰ ਲੱਗਾ ਹੈ, ਹਰੀ ਦੇ ਜਨਮ ਪਿਆਰਿਆਂ ਨੂੰ, ਉਹਨਾਂ ਨੂੰ ਨਾਮ ਕਰਕੇ ਤ੍ਰਿਪਤੀ ਹੈ, ਸਾਰੇ ਪਦਾਰਥਾਂ ਕਰਕੇ ਅਗਾ ਜਾਂਦੇ ਹੈ, ਰਜ ਜਾਂਦੇ ਹਨ। ਹਰ ਕਾ ਨਾਮ ਜਨ ਕਾ ਰੂਪ ਰੰਗ। ਜਿਹੜੇ ਜਨ ਪਿਆਰੇ ਨੇ ਨਾਮ ਦੇ ਰਸੀਏ, ਹਰੀ ਦਾ ਨਾਮ ਹੀ ਸਾਧ ਸੰਗਤ ਜੀ ਉਹਨਾਂ ਦਾ ਸੋਹਣਾ ਸਰੂਪ ਹੈ। ਤੇ ਜਿਹੜਾ ਇਸ ਪ੍ਰਕਾਰ ਰੰਗ ਵੈ ਨਾ ਸਫਾਈ ਵਾਲਾ, ਉਹ ਵੀ ਵਾਹਿਗੁਰੂ ਦਾ ਨਾਮ ਹੀ ਹੈ। ਨਾਮ ਕਰਕੇ ਭਾਵੇਂ ਵੇਖੋ ਬਾਹਰੋਂ ਜਿਹੜਾ ਹੈ ਕਾਲਾ ਵੀ ਰੰਗ ਹੋਵੇ, ਚਾਹੇ ਕਿਸੇ ਪ੍ਰਕਾਰ ਨੈਣ ਨਕਸ਼ ਵੀ ਚੰਗੇ ਨਾ ਹੋਣ, ਪਰ ਨਾਮ ਕਰਕੇ ਇੰਨਾ ਹੀ ਪ੍ਰਤਾਪ ਉਹਨਾਂ ਦਾ ਹੁੰਦਾ ਕਿ ਦੁਨੀਆਂ ਉਹਨਾਂ ਨੂੰ ਨਮਸਕਾਰਾਂ ਕਰਦੀ ਹੈ, ਉਹਨਾਂ ਦੇ ਚਰਨਾਂ ਤੇ ਝੁਕ ਜਾਂਦੀ ਹੈ, ਕਿਉਂਕਿ ਹਰੀ ਦੇ ਪਿਆਰਿਆਂ ਦਾ ਰੂਪ ਰੰਗ ਵਾਹਿਗੁਰੂ ਦਾ ਨਾਮ ਹੈ। ਨਾਮ ਦਾ ਹੀ ਸੁਹੱਪਣ ਉਹਨਾਂ ਨੇ ਧਾਰਨ ਕੀਤਾ। ਇਸੇ ਪ੍ਰਕਾਰ ਹੀ ਹਰ ਕਾ ਨਾਮ ਜਨ ਕਾ ਰੂਪ ਰੰਗ। ਸਾਧ ਸੰਗਤ ਜੀ, ਜਨਾਂ ਦਾ ਰੂਪ ਕੀ ਹੈ? ਦਿਲ ਦੀ ਸਫਾਈ ਵਾਲਾ ਰੂਪ ਹੈ। ਨਾਮ ਦੇ ਕਰਕੇ ਉਹਨਾਂ ਦੇ ਅੰਦਰ ਦਿਲ ਦੀ ਸਫਾਈ ਵਾਲਾ ਸੋਹਣਾ ਚਿਹਰਾ ਹੋ ਗਿਆ, ਅੰਦਰਲਾ ਸਰੂਪ ਬੜਾ ਹੀ ਸੁੰਦਰ ਹੋ ਗਿਆ। ਤੇ ਜਿਹੜੇ ਸਾਧ ਸੰਗਤ ਜੀ ਬਾਹਰੋਂ ਸੋਹਣੇ ਲੱਗਦੇ ਆ ਪਰ ਅੰਦਰੋਂ ਕਿੰਨੇ ਕਾਲੇ ਆ, ਚਿੱਤ ਕੀ ਕਰੇਗਾ ਬਾਹਰਲਾ ਸੋਹਣਾ ਪੁਣਾ ਜੇ ਅੰਦਰ ਵਾਸ਼ਨਾ ਨੇ ਹੀ ਸਾਰਾ ਮਨ ਕਾਲਾ ਕਰ ਛੱਡਿਆ ਹੈ, ਵਿਕਾਰਾਂ ਨੇ ਹੀ ਮਨ ਨੂੰ ਮੈਲਾ ਕਰ ਛੱਡਿਆ, ਤੇ ਬਾਹਰਲਾ ਗੋਰਾ ਚਿੱਟਾ ਰੰਗ ਕੀ ਕਰ ਸਕਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਨਾਮ ਜਿਹੜਾ ਨਾ ਜਨਾਂ ਨੂੰ ਇਹ ਦਿਲ ਦੀ ਸਫਾਈ ਵਾਲਾ, ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਕੋਲ ਰੂਪ ਹੈ ਤੇ ਰੰਗ ਸਾਧ ਸੰਗਤ ਜੀ ਪ੍ਰੇਮ ਹੈ, ਨਾਮ ਨਾਲ ਹੀ ਉਹਨਾਂ ਦਾ ਪਿਆਰ ਹੈ, ਨਾਮ ਦੀ ਪ੍ਰੀਤ, ਨਾਮ ਦਾ ਸੁਹੱਪਣ ਜਨਾ ਪਿਆਰਿਆਂ ਕੋਲ ਹੈ। ਹਰ ਨਾਮ ਜਪਤ ਕਬ ਪਰੈਨ ਭੰਗ। ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆ ਉਹਨਾਂ ਨੂੰ ਕਦੇ ਵਿਘਨ ਨਹੀਂ ਪੈਂਦੇ, ਚਾਹੇ ਪੱਛਰਾਂ ਵੀ ਆ ਕਰਕੇ ਕਿਉਂ ਨਾ ਹਾਜ਼ਰ ਹੋ ਜਾਣ, ਇੰਦਰ ਵਰਗੇ ਵੀ ਕਿਉਂ ਨਾ ਆਪਣੇ ਸੰਘਾਸਣ ਨੂੰ ਦੇਣ ਨੂੰ ਜਿਹੜੀਆਂ ਤਜਵੀਜ਼ਾਂ ਅੱਗੇ ਰੱਖ ਦੇਣ ਕਿ ਮਹਾਰਾਜ ਮੇਰਾ ਸੰਘਾਸਣ ਲੈ ਲਓ, ਉਹ ਕਹਿੰਦੇ ਕੀ ਕਰਾਉਣਾ ਤੇਰੇ ਸੰਘਾਸਣ ਤੋਂ ਫਿਰ ਪਏ ਕਾਮ ਨਾਲ ਤੜਫਾਂਗੇ, ਤੂੰ ਕਿਹੜਾ ਸੁਖੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਉਹਨਾਂ ਨੂੰ ਨਾਮ ਵਿੱਚ ਸੁੱਖ ਵੈ, ਉਹਨਾਂ ਨੂੰ ਕਿਸੇ ਪ੍ਰਕਾਰ ਨਾਮ ਜਪਦਿਆਂ ਨਾ ਵਿਘਨ ਨਹੀਂ ਪੈਂਦਾ, ਕਦੇ ਚਿੱਤ ਭੰਗ ਨਹੀਂ ਹੁੰਦਾ ਹੈ ਉਹਨਾਂ ਦਾ ਨਾਮ ਵੱਲੋਂ, ਕਿਉਂਕਿ ਕਿਹੜੇ ਕੰਮ ਨੂੰ ਤੁਸੀਂ ਕਰਦੇ ਆ ਨਾ ਤੇ ਕਦੇ ਕਦੇ ਫਿਰ ਚਿੱਤ ਉਹਦੇ ਤੋਂ ਉਪਰਾਮ ਹੋ ਜਾਂਦਾ ਹੈ ਕਿ ਛੱਡ ਮਨਾ, ਜਿਹੜੀ ਤੁਸੀਂ
ਚੀਜ਼ ਇੱਕ ਵਾਰੀ ਰੋਜ਼ ਖਾਓ ਨਾ ਤੇ ਉਸ ਦਾਲ ਤੋਂ ਹੀ ਤੁਹਾਡਾ ਮਨ ਭੰਗ ਹੋ ਜਾਂਦਾ। ਜਿਹੜੀ ਸਬਜ਼ੀ ਰੋਜ਼ ਰੋਜ਼ ਖਾਓ ਉਹਦੇ ਤੋਂ ਹੀ ਭੰਗ ਹੋ ਜਾਂਦਾ, ਮਨ ਹਟ ਜਾਂਦਾ। ਪਰ ਵਾਹਿਗੁਰੂ ਦਾ ਨਾਮ ਐਸਾ ਉਹਨਾਂ ਨੂੰ ਮਿੱਠਾ ਏ, ਸਦਾ ਹੀ ਚਾਅ ਚੜਿਆ ਰਹਿੰਦਾ, ਸਦਾ ਮਨ ਵਿੱਚ ਉਤਸ਼ਾਹ ਰਹਿੰਦਾ ਹੈ। ਨਾਮ ਜਪਦਿਆਂ ਕਦੇ ਚਿੱਤ ਭੰਗ ਨਹੀਂ ਹੁੰਦਾ, ਕਦੇ ਵਿਘਨ ਨਹੀਂ ਪੈਂਦਾ, ਕਦੇ ਕਾਮ ਕ੍ਰੋਧ ਉਹਨਾਂ ਨੂੰ ਆ ਕਰਕੇ ਫਿਰ ਉੱਥੇ ਪਹੁੰਚ ਕੇ ਨਾ ਉਹਨਾਂ ਦੀ ਸੁਰਤ ਵਿੱਚ ਭੰਗਣਾ ਨਹੀਂ ਪਾ ਸਕਦੇ, ਰੁਕਾਵਟ ਨਹੀਂ ਪਾ ਸਕਦੇ। ਇੱਕ ਰਸ ਬਿਰਤੀ ਨਾਮ ਵਿੱਚ ਉਹਨਾਂ ਦੀ ਟਿੱਕੀ ਰਹਿੰਦੀ ਹੈ, ਚਿੱਤ ਉਹਨਾਂ ਤੋਂ ਨਾਮ ਤੋਂ ਉਪਰਾਮ ਨਹੀਂ ਹੁੰਦਾ, ਉਹਨਾਂ ਨੂੰ ਤਾਂ ਬੜਾ ਉਤਸ਼ਾਹ ਰਹਿੰਦਾ ਹੈ ਸਦਾ ਹੀ। ਹਰ ਕਾ ਨਾਮ ਜਨਕੀ ਵਡਿਆਈ, ਵਾਹਿਗੁਰੂ ਦਾ ਨਾਮ ਹੀ ਜਨਾ ਪਿਆਰਿਆਂ ਵਾਸਤੇ ਵਡਿਆਈ ਹੈ। ਉਹਨਾਂ ਦੀ ਜੈ ਜੈਕਾਰ ਕਾਹਦੇ ਤੋਂ ਹੁੰਦੀ ਹੈ? ਨਾਮ ਕਰਕੇ ਹੁੰਦੀ ਹੈ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਤਾਂ ਕੋਈ ਨਹੀਂ ਸੀ ਜਾਣਦਾ, ਇਹ ਤਾਂ ਮਹਾਰਾਜ ਦੇ ਨਾਮ ਦੀ ਵਡਿਆਈ ਹੈ ਕਿ ਚਾਰ ਸ਼ਫੇਰੇ ਸਾਡੀ ਜੈ ਜੈਕਾਰ ਦੇ ਡੰਕੇ ਵਜਾ ਦਿੱਤੇ ਆ ਵਾਹਿਗੁਰੂ ਨੇ। ਜਨ ਨੂੰ ਪਿਆਰੇ ਨੂੰ ਪਤਾ ਹੈ ਕਿ ਇਹ ਨਾਮ ਦੀ ਵਡਿਆਈ ਹੈ, ਸਰੀਰ ਦੀ ਚਮੜੀ ਦੀ ਵਡਿਆਈ ਨਹੀਂ, ਉਹ ਤਾਂ ਸਾਰਿਆਂ ਦਾ ਇੱਕੋ ਜਿਹਾ ਹੀ ਹੁੰਦਾ ਹੈ। ਇਹ ਵਾਹਿਗੁਰੂ ਦੇ ਨਾਮ ਦੀ ਵੱਡੀ ਮਹਿਮਾ ਹੈ, ਜਨਾ ਪਿਆਰਿਆਂ ਨੂੰ ਨਾਮ ਦੀ ਹੀ ਵਡਿਆਈ ਪਾਉਂਦੀ ਆ। ਹਰ ਕੈ ਨਾਮ ਜਨ ਸ਼ੋਭਾ ਪਾਈ, ਵਾਹਿਗੁਰੂ ਦੇ ਪਿਆਰੇ ਜਿਹੜੇ ਜਨ ਹੈ ਨਾ, ਉਹ ਨਾਮ ਜਪਦੇ ਹੋਏ ਸਤਿਗੁਰੂ ਜੀ ਕਹਿੰਦੇ ਸੋਹਣੇ ਲੱਗਦੇ ਆ, ਸੋਭਾ ਪਾਉਂਦੇ ਆ ਲੋਕ ਪਰਲੋਕ ਦੇ ਅੰਦਰ ਨਾਮ ਕਰਕੇ। ਹਰ ਕਾ ਨਾਮ ਜਨ ਕਾ ਭੋਗ ਜੋਗ, ਵਾਹਿਗੁਰੂ ਦਾ ਨਾਮ ਹੀ ਜਨਾ ਵਾਸਤੇ ਸਾਧ ਸੰਗਤ ਜੀ ਸਾਰੇ ਭੋਗਾਂ ਪਦਾਰਥਾਂ ਦਾ ਦੇਣ ਵਾਲਾ ਹੈ। ਉਹਨਾਂ ਨੂੰ ਪਤਾ ਹੈ ਕਿ ਨਾਮ ਵਿੱਚ ਇਹੋ ਜਿਹੀ ਸ਼ਕਤੀ ਹੈ, ਜਿਹੜਾ ਪਦਾਰਥ ਚਾਹੀਏ ਉਹੋ ਹੀ ਪ੍ਰਾਪਤ ਹੋ ਜਾਵੇਗਾ। ਸਾਰੇ ਪਦਾਰਥਾਂ ਦੀ ਪ੍ਰਾਪਤੀ, ਸਾਰੇ ਪਦਾਰਥਾਂ ਦਾ ਸੁੱਖ, ਜਿੰਨੇ ਵੀ ਭੋਗ ਨੇ ਸੰਸਾਰ ਦੇ, ਜਿੰਨੇ ਵੀ ਰਸ ਹਨ ਸੰਸਾਰ ਦੇ, ਉਹਨਾਂ ਨੂੰ ਨਾਮ ਕਰਕੇ ਪ੍ਰਾਪਤ ਹੋ ਜਾਂਦੇ, ਨਾਮ ਕਰਕੇ ਤ੍ਰਿਪਤ ਹੁੰਦੇ ਆ। ਤੇ ਯੋਗ ਜਿਹੜਾ ਸਾਧ ਸੰਗਤ ਜੀ, ਜੋ ਪਤੰਜਲੀਆਂ ਨੇ ਕਿਹਾ ਕਿ ਚਿੱਤ ਦੀ ਬਿਰਤੀ ਦਾ ਨਿਰੋਧ ਹੀ ਯੋਗ ਹੈ, ਉਹਨਾਂ ਨੂੰ ਨਾਮ ਕਰਕੇ ਹੀ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਹੋ ਗਿਆ। ਅੱਖਾਂ ਵੀ ਕਹਿਣੇ ਲੱਗ ਗਈਆਂ, ਕੰਨ ਵੀ ਆਖੇ ਲੱਗ ਗਏ, ਜ਼ਬਾਨ ਵੀ ਰਸਾਂ ਚ ਨਹੀਂ ਦੌੜਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਯੋਗ ਸਾਧਨਾ ਪ੍ਰਾਣਾਯਾਮ ਕਰਨੇ, ਯੋਗਾ ਆਸਣ ਕਰਨੇ, ਉਹ ਬੜੇ ਕਠਿਨ ਰਾਹ ਤੇ ਯੋਗੀ ਤੁਰਦੇ ਆ, ਪਰ ਰੱਬ ਦੇ ਪਿਆਰਿਆਂ ਨੂੰ ਨਾਮ ਕਰਕੇ ਸਾਰੀ ਯੋਗ ਦੀ ਕਮਾਈ ਦਾ ਵੀ ਫਲ ਮਿਲ ਜਾਂਦਾ ਹੈ ਤੇ ਸਾਰੇ ਪਦਾਰਥਾਂ ਦੇ ਭੋਗਾਂ ਦਾ ਰਸ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਸ਼੍ਰੋਮਣੀ ਰਸ ਵਾਹਿਗੁਰੂ ਦੇ ਨਾਮ ਦਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਨਾ ਪਿਆਰਿਆਂ ਨੂੰ ਮਹਾਰਾਜ ਕਹਿੰਦੇ ਸਾਰੇ ਪਦਾਰਥ ਅਤੇ ਸਾਰੇ ਯੋਗ ਸਾਧਨਾ ਦਾ ਫਲ ਵਾਹਿਗੁਰੂ ਦਾ ਨਾਮ ਹੀ ਹੈ। ਹਰ ਨਾਮ ਜਪਤ ਕਛ ਨਾਹੀ ਵਿਯੋਗ, ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵਿਯੋਗ ਵਿਛੋੜਾ ਨਹੀਂ ਹੁੰਦਾ। ਦੁਨੀਆਂ ਵਿਛੋੜੇ ਕਰਕੇ ਤੜਫਦੀ ਹੈ, ਸੱਚੇ ਪਾਤਸ਼ਾਹ ਕਹਿੰਦੇ ਝੂਠੇ ਸਰੀਰਾਂ ਦਾ ਮੋਹ ਹੀ ਨਹੀਂ ਹੁੰਦਾ ਤੇ ਵਿਯੋਗ ਕੀ ਹੋਣਾ ਹੈ। ਕਿਸੇ ਪ੍ਰਕਾਰ ਉਹਨਾਂ ਦਾ ਵਾਹਿਗੁਰੂ ਨਾਲੋਂ ਵਿਯੋਗ ਨਹੀਂ ਹੁੰਦਾ, ਵਿਛੋੜਾ ਨਹੀਂ ਹੁੰਦਾ, ਚਾਹੇ ਸਰੀਰ ਚ ਨੇ ਚਾਹੇ ਸਰੀਰ ਛੱਡ ਦੇਣਗੇ, ਸਦਾ ਵਾਹਿਗੁਰੂ ਨਾਲ ਹੀ ਜੁੜੇ ਰਹਿੰਦੇ ਆ, ਇੱਕ ਵਿੱਚ ਹੀ ਸਮਾਏ ਰਹਿੰਦੇ ਆ। ਉਹਨਾਂ ਦਾ ਪਰਮੇਸ਼ਰ ਨਾਲੋਂ ਕਦੇ ਵਿਯੋਗ ਨਹੀਂ ਹੁੰਦਾ, ਵਿਛੋੜਾ ਨਹੀਂ ਹੁੰਦਾ ਹੈ। ਜਨ ਰਾਤਾ ਹਰ ਨਾਮ ਕੀ ਸੇਵਾ, ਜਿਹੜਾ ਜਨ ਪਿਆਰਾ ਹੈ ਨਾ, ਉਹਦਾ ਚਿੱਤ ਰੰਗਿਆ ਰਹਿੰਦਾ ਹਰ ਵੇਲੇ ਵਾਹਿਗੁਰੂ ਨਾਮ ਦੀ ਸੇਵਾ ਦੇ ਅੰਦਰ, ਵਾਹਿਗੁਰੂ ਜੀ ਦੀ ਸੇਵਾ ਕਰਦੇ ਆ। ਮਨ ਨਾਲ ਜਿਹੜਾ ਜੁੜਨਾ ਹੈ ਨਾ, ਇਹੀ ਸਾਧ ਸੰਗਤ ਜੀ ਪਰਮੇਸ਼ਰ ਦੀ ਸੇਵਾ ਹੈ। ਵਾਹਿਗੁਰੂ ਜੀ ਦਾ ਸੁਰਤੀ ਵਿੱਚ ਜਿਹੜਾ ਧਿਆਨ ਆ ਜਾਣਾ ਨਾ, ਇਹ ਵੀ ਵਾਹਿਗੁਰੂ ਜੀ ਦੀ ਸੇਵਾ ਹੈ।
ਸੁਰਤ ਸ਼ਬਦ ਵਿੱਚ ਟਿਕ ਜਾਣੀ, ਇਹੀ ਵਾਹਿਗੁਰੂ ਦੀ ਸੇਵਾ ਹੈ। ਰਸਨਾ ਨਾਲ ਉਹ ਨਾਮ ਜਪਦੇ ਹੈ। ਸੱਚੇ ਪਾਤਸ਼ਾਹ ਕਹਿੰਦੇ ਜਨ ਪਿਆਰੇ, ਉਹਨਾਂ ਦੇ ਚਿੱਤ ਜਿਹੜੇ ਰੰਗੇ ਰਹਿੰਦੇ ਹੈ ਵਾਹਿਗੁਰੂ ਨਾਮ ਦੇ ਅੰਦਰ, ਪਰਮੇਸ਼ਰ ਦਾ ਹੀ ਸੇਵਨ ਪੂਜਨ ਕਰਦੇ ਹਨ। ਨਾਨਕ ਪੂਜਾ ਹਰ ਹਰ ਦੇਵਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਦੇਵਾ ਪ੍ਰਕਾਸ਼ ਸਰੂਪ ਪਰਮੇਸ਼ਰ ਹੈ ਨਾ, ਉਹਦਾ ਹੀ ਪੂਜਨ ਕਰਦੇ ਹੈ ਵਾਹਿਗੁਰੂ ਵਾਹਿਗੁਰੂ ਕਹਿ ਕਰਕੇ, ਪਰਮੇਸ਼ਰ ਦਾ ਹੀ ਪੂਜਨ ਕਰਦੇ ਹੈ। ਸਾਧ ਸੰਗਤ ਜੀ, ਸਾਰੇ ਤਰ੍ਹਾਂ ਦੇ ਕਰਮਾਂ ਦਾ ਫਲ ਮਿਲ ਜਾਂਦਾ ਜੇ ਸੁਰਤ ਵਾਹਿਗੁਰੂ ਨਾਮ ਵਿੱਚ ਟਿਕ ਜਾਵੇ। ਮਹਾਰਾਜ ਕਹਿੰਦੇ ਜੋ ਸਾਰਿਆਂ ਨੂੰ ਹਰਿਆਂ ਕਰਦਾ, ਸਾਰੇ ਦੇ ਚਿੱਤਾਂ ਨੂੰ ਖੜਾ ਦੇਣ ਵਾਲਾ ਹੈ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਉਸ ਦੇਵਾ ਪ੍ਰਕਾਸ਼ ਸਰੂਪ ਪਰਮੇਸ਼ਰ ਦਾ ਉਹ ਧਿਆਨ ਕਰਦੇ ਹੈ, ਉਹਦੀ ਪੂਜਾ ਕਰਦੇ ਹਨ। ਹਰ ਹਰ ਜਨ ਕਾ ਮਾਲ ਖਜ਼ੀਨਾ। ਹਰ ਹਰ ਜਨ ਕਾ ਮਾਲ ਖਜ਼ੀਨਾ, ਠਰਾ ਕੇ ਪੂਰਾ ਨਖੇੜ ਕੇ ਪੜਿਆ ਕਰੋ। ਸਤਿਗੁਰੂ ਜੀ ਕਹਿੰਦੇ ਹੈ ਜਿਹੜਾ ਹਰੀ ਹਰੀ ਨਾਮ ਹੈ ਨਾ, ਵਾਹਿਗੁਰੂ ਵਾਹਿਗੁਰੂ ਨਾਮ, ਇਹ ਜਨਾ ਪਿਆਰਿਆਂ ਵਾਸਤੇ ਮਾਲ। ਜਿਵੇਂ ਕਹਿੰਦੇ ਆ ਤੁਹਾਡੇ ਕੋਲ ਮਾਲ ਕਿੰਨਾ ਕਹਿ, ਭਾਵ ਮੱਝਾਂ ਗਾਵਾਂ ਹਾਥੀ ਘੋੜੇ, ਇਹ ਸਾਰਾ ਮਾਲ ਹੁੰਦਾ ਸਾਧ ਸੰਗਤ ਜੀ, ਜਿੰਨੀ ਜਾਇਦਾਦ ਅਖਵਾਉਂਦੀ ਹੈ। ਰੱਬ ਦੇ ਪਿਆਰੇ ਜਿਹੜੇ ਨਾਮ ਦੇ ਰਸੀਏ ਹਨ ਨਾ, ਨਾਮ ਹੀ ਉਹਨਾਂ ਵਾਸਤੇ ਹਾਥੀ ਘੋੜੇ ਗਾਵਾਂ ਇਹ ਸਭ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ। ਜਿਹੜੀ ਵਾਹਿਗੁਰੂ ਨਾਮ ਨਾਲ ਪ੍ਰੀਤ ਲੱਗੀ ਹੋਈ ਹੈ, ਰੱਬ ਦੇ ਪਿਆਰਿਆਂ ਦੇ ਹਾਥੀ ਹਨ ਘੋੜੇ ਹਨ ਉਹ। ਸਾਧ ਸੰਗਤ ਜੀ, ਵਾਹਿਗੁਰੂ ਦਾ ਨਾਮ ਸਰਵਣ ਕਰਨ ਰੂਪ ਜਿਹੜਾ ਨਾ, ਇਹ ਘੋੜਿਆਂ ਦੀ ਸੈਨਾ ਉੱਤੇ ਅਸਵਾਰ ਹੁੰਦੇ ਹੈ, ਤੇ ਵਾਹਿਗੁਰੂ ਦਾ ਨਾਮ ਮੰਨਣ ਕਰਨ ਰੂਪ ਸਾਧ ਸੰਗਤ ਜੀ ਉਹ ਰੱਥਾਂ ਦੀ ਸੈਨਾ ਉੱਤੇ ਅਸਵਾਰ ਹੁੰਦੇ ਹੈ। ਵਾਹਿਗੁਰੂ ਦੇ ਨਾਮ ਦਾ ਨਿਧਿਆਸਨ ਜਿਹੜੀ ਕਮਾਈ ਕਰਨੀ ਹੈ, ਇਹ ਹਾਥੀਆਂ ਦੀ ਫੌਜ ਹੈ ਉਹਨਾਂ ਦੀ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨਾਂ ਦਾ ਮਾਲ ਜਿਹੜਾ ਨਾ, ਉਹ ਵਾਹਿਗੁਰੂ ਦਾ ਨਾਮ ਹੀ ਹੈ। ਹਰ ਹਰ ਜਨ ਕਾ ਮਾਲ ਖਜ਼ੀਨਾ, ਤੇ ਖਜ਼ੀਨਾ ਭਾਵ ਖਜ਼ਾਨਾ, ਰੋਕੜੀ ਮਾਇਆ ਜਿਹੜੀ ਤਜੋਰੀਆਂ ਭਰੀਆਂ ਹੁੰਦੀਆਂ ਨਾ, ਹਜ਼ੂਰ ਕਹਿੰਦੇ ਨੇ ਉਹਨਾਂ ਨੇ ਆਪਣੇ ਹਿਰਦੇ ਰੂਪੀ ਤਜੋਰੀ ਨੂੰ ਭਰ ਲਿਆ ਵਾਹਿਗੁਰੂ ਦੇ ਨਾਮ ਨਾਲ। ਇੰਨਾ ਨਾਮ ਲਵਾ ਲਵ ਉਹਨਾਂ ਦੇ ਅੰਦਰ ਭਰਿਆ ਹੋਇਆ ਕਿ ਨੇਤਰਾਂ ਰਾਹੀਂ ਕਸ਼ਿਸ਼ ਬਣ ਕੇ ਬਾਹਰ ਨੂੰ ਫੁੱਟਦਾ ਹੈ, ਉਹਨਾਂ ਦੀ ਰਸਨਾ ਤੋਂ ਅੰਮ੍ਰਿਤ ਵਰਦਾ ਹੈ। ਸਾਧ ਸੰਗਤ ਜੀ, ਜਦੋਂ ਦੇਖਣ ਕਿਰਪਾ ਦ੍ਰਿਸ਼ਟੀ ਨਾਲ ਕਿਸੇ ਵੱਲ ਤੇ ਕੋੜੀਆਂ ਦੇ ਕੋੜ ਚੱਕਣ ਦੀ ਸਮਰੱਥਾ ਹੁੰਦੀ ਹੈ ਰੱਬ ਦੇ ਪਿਆਰੇ ਦੇ ਅੰਦਰ। ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਕੋਲ ਨਾਮ ਦਾ ਖਜ਼ਾਨਾ ਇੰਨਾ ਜ਼ਿਆਦਾ ਅਮੁੱਕ ਵੈ, ਮੁੱਕ ਨਹੀਂ ਸਕਦਾ ਹੈ। ਸੰਤਨ ਹੱਥ ਰਾਖੀ ਕੁੰਜੀ, ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਹੱਥ ਵਿੱਚ ਵਾਹਿਗੁਰੂ ਨੇ ਚਾਬੀ ਫੜਾ ਦਿੱਤੀ ਨਾਮ ਦੇ ਖਜ਼ਾਨੇ ਦੀ। ਲਓ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਹਰੀ ਦੇ ਪਿਆਰਿਆਂ ਨੂੰ ਨਾਮ ਦਾ ਹੀ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਾਲ ਵੈ ਉਹਨਾਂ ਕੋਲ, ਹਾਥੀ ਘੋੜੇ ਆਦਿਕ ਹਨ, ਅਤੇ ਨਾਮ ਦਾ ਹੀ ਖਜ਼ਾਨਾ ਉਹਨਾਂ ਨੇ ਇਕੱਠਾ ਕੀਤਾ ਹੈ। ਹਰ ਧਨ ਜਨ ਕਾ ਆਪ ਪ੍ਰਭ ਦੀਨਾ। ਇਹ ਹਰੀ ਦਾ ਧਨ ਜਿਹੜਾ ਨਾ ਨਾਮ ਦਾ, ਇਹ ਕਿਸੇ ਹੋਰ ਨਹੀਂ ਦਿੱਤਾ, ਪ੍ਰਭੂ ਨੇ ਆਪ ਹੀ ਖੁਸ਼ ਹੋ ਕੇ ਦੇ ਦਿੱਤਾ। ਮਹਾਰਾਜ ਨੇ ਆਪ ਹੀ ਉਹਨਾਂ ਨੂੰ ਮਾਲਕ ਬਣਾ ਦਿੱਤਾ ਕਿ ਲਓ ਇਸ ਧਨ ਦੇ ਮਾਲਕ ਅੱਜ ਤੋਂ ਤੁਸੀਂ ਆਪ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਕੁਝ ਵੀ ਅਦੇ ਨਹੀਂ ਰੱਖਦੇ, ਲੁਕਾ ਕੇ ਨਹੀਂ ਰੱਖਦੇ, ਆਪ ਮੇਰੇ ਪ੍ਰਭੂ ਨੇ ਆਪਣੇ ਪਿਆਰਿਆਂ ਨੂੰ ਨਾਮ ਦਾ ਖਜ਼ਾਨਾ ਸੌਂਪਿਆ, ਬਖਸ਼ਿਸ਼ ਕੀਤਾ। ਹਰ ਹਰ ਜਨ ਕਾ ਓਟ ਸਤਾਣੀ। ਜਿਹੜਾ ਵਾਹਿਗੁਰੂ ਵਾਹਿਗੁਰੂ ਨਾਮ ਹੈ ਨਾ, ਜਨ ਪਿਆਰਿਆਂ ਨੂੰ ਸਹਿਤ ਬਲ ਦੇ ਓਟ ਵਹਿ,
ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਚਾਹੀਏ ਤਾਂ ਧਰਤੀ ਪੁੱਠੀ ਕਰ ਸਕਦੇ ਹਾਂ ਛਿੰਨ ਮਾਤਵਰ ਵਿੱਚ। ਇੰਨੀ ਬਲ ਵਾਲੀ ਓਟ ਹੈ ਰੱਬ ਦੇ ਪਿਆਰੇ ਨੂੰ। ਐਵੇਂ ਨਾਮਦੇਵ ਜੀ ਕੰਬਲੀ ਉਠਾ ਕੇ ਚੱਲ ਪਏ ਸੀ ਉੱਥੋਂ, ਉਹਨੂੰ ਪਤਾ ਸੀ ਨਾਮਦੇਵ ਜੀ ਨੂੰ ਕਿ ਜੇ ਪਰਮੇਸ਼ਰ ਨੇ ਚਾਹਿਆ ਤਾਂ ਸਭ ਕੁਛ ਹੋ ਜਾਊਗਾ। ਉਹਨਾਂ ਨੂੰ ਸਹਿਤ ਬਲ ਦੇ ਓਟ ਹੈ ਵਾਹਿਗੁਰੂ ਦੀ। ਤੇ ਫਿਰ ਲਿਖਿਆ, ਲੈ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ। ਮਹਾਰਾਜ ਨੇ ਸਾਰਾ ਦੇਹਰਾ ਹੀ ਘੁਮਾ ਕੇ ਨਾਮਦੇਵ ਜੀ ਵੱਲ ਕਰ ਦਿੱਤਾ। ਕਦੇ ਵੇਖਿਆ ਕਿ ਧਰਤੀ ਦਾ ਉਹਨਾਂ ਹਿੱਸਾ ਹੀ ਘੁੰਮ ਗਿਆ ਹੋਵੇ। ਪ੍ਰਤੱਖ ਉਹ ਸਾਧ ਸੰਗਤ ਜੀ ਨਾਗਨਾਥ ਮੰਦਿਰ ਆਉਂਡੇ ਦੇ ਵਿੱਚ ਅੱਜ ਵੀ ਗਵਾਹੀ ਦੇ ਰਿਹਾ ਕਿ ਕਿਹੋ ਜੀ ਬਲ ਵਾਲੀ ਓਟ ਹੈ ਭਗਤਾਂ ਨੂੰ, ਸਹਿਤ ਬਲ ਦੇ ਓਟ ਹੈ ਪਰਮੇਸ਼ਰ ਦੀ। ਐਵੇਂ ਗੱਲੀ ਬਾਤੀ ਓਟ ਨਹੀਂ ਉਹਨਾਂ ਨੂੰ, ਉਹ ਤਾਂ ਜਾਣਦੇ ਹੈ ਕਿ ਐਡਾ ਪ੍ਰਤਾਪੀ ਹੈ ਪਰਮੇਸ਼ਰ, ਅਸੀਂ ਮੁੱਖ ਤੋਂ ਕਿਹਾ ਨਹੀਂ ਤੇ ਉਸੇ ਵੇਲੇ ਹੋ ਜਾਣਾ। ਨਾਮਦੇਵ ਜੀ ਨੂੰ ਕਿਹਾ ਹੀ ਸੀ ਨਾ ਪਰਮੇਸ਼ਰ ਜਦੋਂ ਸਾਖਿਆਤ ਹੋਏ, ਕਿਹਾ ਸੀ ਕਹੇ ਤਾਂ ਧਰਨ ਅਕੋਡੀ ਕਰੋ, ਨਾਮਦੇਵ ਕਹੇ ਤਾਂ ਧਰਤੀ ਪੁੱਠੀ ਕਰਦੇ ਹਾਂ। ਇਹ ਗੁਰਬਾਣੀ ਚ ਵਾਕ ਨੇ। ਐਡੀ ਬਲ ਵਾਲੀ ਓਟ ਹੈ ਭਗਤਾਂ ਨੂੰ, ਪਤਾ ਹੈ ਕਿ ਜੇ ਅਸੀਂ ਕਹਿਤਾ ਤੇ ਮਹਾਰਾਜ ਨੇ ਉਸੇ ਵੇਲੇ ਧਰਤੀ ਪੁੱਠੀ ਕਰ ਦੇਣੀ ਹੈ। ਪਰ ਇਹ ਬਲ ਮਹਾਰਾਜ ਉਦੋਂ ਦਿੰਦੇ ਹੈ ਜਦੋਂ ਭਗਤ ਵਿੱਚ ਵੀ ਜਰਨ ਦੀ ਸ਼ਕਤੀ ਆ ਜਾਵੇ। ਭਗਤ ਨਾਮਦੇਵ ਜੀ ਨੇ ਨਹੀਂ ਕਿਹਾ ਕਿ ਮਹਾਰਾਜ ਕਰ ਦੋ ਪੁੱਠੀ, ਇਹਨੂੰ ਸਲੇਮ ਬਾਦਸ਼ਾਹ ਨੂੰ ਲੱਗੇ ਪਤਾ। ਕਿਹਾ ਨਾ ਮਹਾਰਾਜ, ਕੱਲ ਨੂੰ ਜੀ ਮਰ ਜਾਣਗੇ, ਕਿਰਪਾ ਕਰੋ ਮਹਾਰਾਜ, ਨਾ ਧਰਤੀ ਨਾ ਪੁੱਠੀ ਕਰਿਆ ਜੇ। ਉਹਨਾਂ ਨੂੰ ਇੰਨੀ ਓਟ ਵਾ, ਇੰਨਾ ਆਸਰਾ, ਸਹਿਤ ਬਲ ਵਾਲਾ ਆਸਰਾ ਹੈ। ਉਹਨਾਂ ਨੂੰ ਪਤਾ ਕਿ ਸਮਰੱਥ ਹੈ ਸਾਡਾ ਵਾਹਿਗੁਰੂ, ਜੋ ਚਾਹੇ ਉਹ ਕਰ ਸਕਦਾ ਏ, ਕਿਉਂਕਿ ਕਰਨ ਹਾਰ ਕੋ ਕਿਸ ਅਚਰਜ ਨਾਹੀਂ। ਚਾਹੁਣ ਤੇ ਉਹਨਾਂ ਨੂੰ ਪਤਾ ਹੈ ਕਿ ਪਰਮੇਸ਼ਰ ਵਿੱਚ ਇੰਨੀ ਤਾਕਤ ਹੈ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਧਰਤੀ ਪਰ ਆਕਾਸ਼ ਚੜਾਵੈ, ਚੜ੍ਹੈ ਆਕਾਸ਼ ਗਰਾਵੈ। ਇੰਨੀ ਬਲ ਵਾਲੀ ਓਟ ਹੈ ਭਗਤਾਂ ਨੂੰ। ਸੱਚੇ ਪਾਤਸ਼ਾਹ ਕਹਿੰਦੇ ਹਰੀ ਦੇ ਜਨਾਂ ਨੂੰ ਨਾਮ ਦਾ ਐਡਾ ਵੱਡਾ ਆਸਰਾ, ਉਹਨਾਂ ਨੂੰ ਪਤਾ ਹੈ ਕਿ ਛਿਣ ਮਾਤਰ ਸਮੇਂ ਵਿੱਚ ਜੇ ਅਸੀਂ ਕਹਿਤਾ ਤੇ ਕੁਝ ਦਾ ਕੁਝ ਹੋ ਜਾਏਗਾ। ਉਹ ਅਜਰ ਸ਼ਕਤੀ ਨੂੰ ਆਪਣੇ ਅੰਦਰ ਜਰ ਲੈਂਦੇ ਹੈ, ਨਿਮਾਣੇ ਬਣ ਕੇ ਰਹਿੰਦੇ ਹੈ, ਦਾਸ ਬਣ ਕੇ ਰਹਿੰਦੇ ਹੈ, ਸੇਵਕ ਬਣ ਕੇ ਰਹਿੰਦੇ ਹੈ। ਇਹੋ ਜੇ ਰੱਬ ਦੇ ਪਿਆਰੇ ਹਜ਼ੂਰ ਕਹਿੰਦੇ ਨਾਮ ਦੀ ਓਟ ਉਹਨਾਂ ਨੂੰ ਸਹਿਤ ਬਲ ਦੇ ਹੈ। ਹਰ ਪ੍ਰਤਾਪ ਜਨ ਅਵਰ ਨ ਜਾਣੀ, ਜਿਹੜਾ ਹਰੀ ਦੇ ਨਾਮ ਦਾ ਪ੍ਰਤਾਪ ਹੈ ਨਾ, ਮਹਾਰਾਜ ਕਹਿੰਦੇ ਜਨ ਤੋਂ ਬਿਨਾਂ ਨੀ ਕੋਈ ਹੋਰ ਜਾਣ ਸਕਦਾ। ਜਨ ਅਵਰ ਨ ਜਾਣੀ, ਹੋਰ ਨੀ ਕੋਈ ਜਾਣ ਸਕਦਾ। ਉਹ ਤਾਂ ਸ਼ੰਕੇ ਚ ਪਏ ਰਹਿੰਦੇ ਆ, ਖੌਰੇ ਕੰਮ ਹੋਏਗਾ ਕਿ ਨਹੀਂ ਹੋਵੇਗਾ। ਜਿਹੜਾ ਵਾਹਿਗੁਰੂ ਦਾ ਪ੍ਰਤਾਪ ਹੈ, ਸੱਚੇ ਪਾਤਸ਼ਾਹ ਕਹਿੰਦੇ ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਆ ਭਾਈ ਸਪੀਕਰ ਚੀਕਾਂ ਮਾਰੀ ਜਾਂਦਾ, ਤੁਸੀਂ ਵੇਖਿਆ ਕਰੋ ਜ਼ਰੂਰ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਨ ਤੋਂ ਪਿਆਰੇ ਤੋਂ ਬਿਨਾਂ ਕੋਈ ਵੀ ਗਰੀਬ ਨਿਵਾਜ ਕਹਿੰਦੇ ਨਾਮ ਦਾ ਪ੍ਰਤਾਪ ਨਹੀਂ ਜਾਣ ਸਕਦਾ। ਹੋਰ ਕਿਸੇ ਨੂੰ ਕੀ ਪਤਾ ਲੱਗਦਾ ਹੈ, ਉਹ ਤਾਂ ਇੱਕ ਇੱਕ ਵਾਰੀ ਜਪਦੇ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਵਾਹਿਗੁਰੂ ਦੇ ਨਾਮ ਦਾ ਕਿੰਨਾ ਸੁੱਖ ਵੈ, ਕਿੰਨਾ ਆਨੰਦ ਵੈ। ਸੱਚੇ ਪਾਤਸ਼ਾਹ ਕਹਿੰਦੇ ਨੇ ਪਿਆਰੇ ਤੋਂ ਬਿਨਾਂ ਕੋਈ ਹੋਰ ਦੂਸਰਾ ਨਹੀਂ ਜਾਣ ਸਕਦਾ ਨਾਮ ਦੇ ਪ੍ਰਤਾਪ ਦੇ ਤਾਈ। ਓਤ ਪੋਤ ਜਨ ਹਰ ਰਸ ਰਾਤੇ, ਵਾਹਿਗੁਰੂ ਦੇ ਜਨ ਪਿਆਰੇ ਵਾਹਿਗੁਰੂ ਦੇ ਪਿਆਰ ਰਸ ਵਿੱਚ ਇਵੇਂ ਰੰਗੇ ਰਹਿੰਦੇ ਹੈ ਜਿਵੇਂ ਸਾਧ ਸੰਗਤ ਜੀ ਓਤ ਪੋਤ ਤਾਣੇ ਪੇਟੇ ਦੀ ਤਰ੍ਹਾਂ ਵਾਹਿਗੁਰੂ ਦੇ ਅੰਦਰ ਹੀ ਸਦਾ ਮਿਲੇ ਰਹਿੰਦੇ ਹੈ, ਪਰਮੇਸ਼ਰ ਵਿੱਚ ਹੀ ਸਦਾ ਅਭੇਦ ਰਹਿੰਦੇ ਹੈ। ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਜੀਵ ਹੈ। ਸਾਧ ਸੰਗਤ ਜੀ ਉਹ ਜੀਵ ਵਿੱਚ ਹੁੰਦਿਆਂ ਹੋਇਆਂ, ਸਰੀਰ ਵਿੱਚ ਹੁੰਦਿਆਂ ਹੋਇਆਂ ਬ੍ਰਹਮ ਰੂਪ ਹਨ।
ਨਿਰੰਕਾਰ ਦਾ ਸਰੂਪ ਹਨ। ਇਸ ਕਰਕੇ ਸਤਿਗੁਰੂ ਜੀ ਨੇ ਸ਼ਬਦ ਕਹੇ ਆ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਉਹ ਆਪ ਹੀ ਖੁਦ ਪਰਮੇਸ਼ਵਰ ਨੇ, ਆਪ ਹੀ ਨਿਰੰਕਾਰ ਹਨ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਓਤ ਪੋਤ ਜਨ ਹਰ ਰਸ ਰਾਤੇ, ਜਨ ਪਿਆਰੇ ਹਰੀ ਦੇ ਨਾਮ ਰਸ ਵਿੱਚ ਇਉਂ ਰੰਗੇ ਹੋਏ ਹੈ, ਓਤ ਪੋਤ ਤਾਣੇ ਪੇਟੇ ਦੀ ਤਰ੍ਹਾਂ ਮਿਲੇ ਰਹਿੰਦੇ ਹੈ, ਨਾਮ ਵਿੱਚ ਇੱਕ ਮਿਕ ਹੋਏ ਰਹਿੰਦੇ ਹਨ। ਸੁਨ ਸਮਾਧ ਨਾਮ ਰਸ ਮਾਤੇ, ਨਾਮ ਦੇ ਰਸ ਦੀ ਇੰਨੀ ਮਸਤੀ ਚੜੀ ਰਹਿੰਦੀ ਹੈ ਕਿ ਸੁਨ ਸਮਾਧੀ ਵਿੱਚ ਲੀਨ ਰਹਿੰਦੇ ਹੈ। ਉਹਨਾਂ ਨੂੰ ਕਿਸੇ ਦੀ ਗੱਲ ਆਪਣਾ ਧਿਆਨ ਪੁੱਟ ਕੇ ਸੁਣਨੀ ਪੈਂਦੀ, ਨਹੀਂ ਤਾਂ ਕੁਛ ਨਹੀਂ ਸੁਣਦਾ ਸੰਸਾਰ ਦਾ ਉਹਨਾਂ ਨੂੰ। ਅਫੁਰ ਸਮਾਧੀ ਲੱਗੀ ਰਹਿੰਦੀ ਹੈ, ਅਫੁਰ ਸਮਾਧੀ ਹੁੰਦੀ ਹੈ ਜਿੱਥੇ ਦੇਹ ਦਾ ਭਾਵ ਨਹੀਂ ਰਹਿੰਦਾ, ਜਿੱਥੇ ਸੰਕਲਪ ਵਿਕਲਪ ਨਹੀਂ ਰਹਿੰਦੇ। ਇੱਕ ਰਸ ਸਾਧ ਸੰਗਤ ਜੀ, ਕੋਈ ਧਰਤੀ ਸੂਰਜ ਚੰਦਰਮਾ ਹਵਾ ਪਾਣੀ ਕੁਛ ਨਹੀਂ ਉੱਥੇ ਰਹਿੰਦਾ, ਅਫੁਰ ਸਮਾਧੀ ਸੁਨ ਸਮਾਧੀ ਲੱਗੀ ਰਹਿੰਦੀ ਹੈ। ਚੌਥੇ ਪਦ ਵਿੱਚ ਤੁਰਿਆ ਪਦ ਵਿੱਚ ਹਰ ਵੇਲੇ ਚੜੇ ਰਹਿੰਦੇ ਹੈ ਸਤਸੰਗੀਆਂ ਨੂੰ ਤਕਰੀਬਨ ਇਸ ਤੁਰਿਆ ਪਦ ਦੇ, ਕਿਉਂਕਿ ਜਦੋਂ ਵਿਆਖਿਆ ਆਈ ਹੈ ਸੁਣਦੇ ਰਹੇ ਹਾਂ ਕਿ ਤੁਰਿਆ ਪਦ ਕੈਸਾ ਹੁੰਦਾ ਹੈ, ਇਹ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ। ਹਜ਼ੂਰ ਨੇ ਵੀ ਕਿਹਾ ਇਹਦਾ ਸ਼ਬਦਾਂ ਨਾਲ ਬਿਆਨ ਨਹੀਂ ਹੁੰਦਾ। ਇਸ ਨੂੰ ਜਦੋਂ ਪਿਆਰੇ ਮਾਣਦੇ ਆ, ਜਦੋਂ ਇਸ ਅਵਸਥਾ ਵਿੱਚ ਚੜ ਜਾਂਦੇ ਆ ਨਾ, ਉੱਥੇ ਸਾਧ ਸੰਗਤ ਜੀ ਨਾਮ ਦੀ ਮਸਤੀ ਹੈ, ਉੱਥੇ ਹਲੂਣਾ ਹੈ, ਉੱਥੇ ਵਿਸਮਾਦ ਹੈ, ਉੱਥੇ ਆਨੰਦ ਹੈ, ਸੁੱਖ ਹੈ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਮਸਤੀ ਵਿੱਚ ਇੰਨੇ ਮਸਤ ਹੋ ਜਾਂਦੇ ਹੈ, ਉਹਨਾਂ ਦੀ ਅਫੁਰ ਸਮਾਧੀ ਲੱਗੀ ਰਹਿੰਦੀ ਹੈ। ਜਿਵੇਂ ਸਾਧ ਸੰਗਤ ਜੀ ਭਾਈ ਰਾਮ ਕੋਇਰ ਜੀ ਸੀਗੇ, ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਐਡੀ ਕਿਰਪਾ ਸੀਗੀ ਕਿ ਉਹਨਾਂ ਨੂੰ ਸਿੰਘ ਹੀ ਦੱਸਦੇ ਹੁੰਦੇ ਸੀ ਕਿ ਮਹਾਰਾਜ ਹੁਣ ਤੁਸੀਂ ਪ੍ਰਸ਼ਾਦਾ ਬਸ ਕਰੋ, ਤੇ ਫਿਰ ਉਹਨਾਂ ਨੇ ਹਟ ਜਾਣਾ, ਜੇ ਨਹੀਂ ਕਹਿਣਾ ਤੇ ਸ਼ਕੀ ਜਾਣਾ। ਫਿਰ ਸਿੰਘਾਂ ਨੇ ਸੋਚਿਆ ਕਿਤੇ ਭੁੱਖੇ ਨਾ ਰਹਿੰਦੇ ਹੋਣ, ਇੱਕ ਰੱਸੀ ਰੱਖੀ ਹੁੰਦੀ ਸੀ ਸਿੰਘਾਂ ਨੇ, ਉਹਨਾਂ ਦੇ ਪੇਟ ਦੁਆਲੇ ਮਿਲ ਲੈਣੀ, ਜਦੋਂ ਛਕਣਾ ਉਹਨਾਂ ਪ੍ਰਸ਼ਾਦਾ, ਆਖਣਾ ਮਹਾਰਾਜ ਹੁਣ ਤੁਸੀਂ ਰੱਜ ਗਏ ਹੋ। ਸਰੀਰ ਦੀ ਕਿਰਿਆ ਤੋਂ ਵੀ ਪਰੇ ਹੋ ਜਾਂਦੇ ਹੈ, ਅਫੁਰ ਸਮਾਧੀ ਉਹਨੂੰ ਕਹਿੰਦੇ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਦੀ ਮਸਤੀ ਵਿੱਚ ਉਹਨਾਂ ਦੀ ਸੁਨ ਸਮਾਧੀ ਲੱਗੀ ਰਹਿੰਦੀ ਹੈ। ਆਠ ਪਹਿਰ ਜਨ ਹਰ ਹਰ ਜਪੈ, ਜਿਹੜੇ ਜਨ ਪਿਆਰੇ ਅੱਠੇ ਪੈਰ ਵਾਹਿਗੁਰੂ ਵਾਹਿਗੁਰੂ ਪਿਆਰ ਨਾਲ ਜਪਦੇ ਆ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਵਾਹਿਗੁਰੂ ਦਾ ਭਗਤ ਜਿਹੜਾ ਮਹਾਰਾਜ ਕਹਿੰਦੇ ਪ੍ਰਗਟ ਹੋ ਜਾਂਦਾ ਹੈ, ਕਦੇ ਛਪਦਾ ਨਹੀਂ, ਕਦੇ ਲੁਕਦਾ ਨਹੀਂ। ਹੀਰੇ ਨੂੰ ਕਿੰਨੀਆਂ ਮੈਲੀਆਂ ਕੁਚੈਲੀਆਂ ਲੀਰਾਂ ਵਿੱਚ ਲਪੇਟ ਕੇ ਰੱਖ ਦਿਓ, ਆਪਦੀ ਚਮਕ ਦਿੰਦਾ ਹੈ, ਆਪਣੀ ਦਮਕ ਦਿੰਦਾ ਹੈ। ਇਵੇਂ ਸਾਧ ਸੰਗਤ ਜੀ ਬਾਹਰਲੀ ਜਾਤੀ ਕੀ ਕਰ ਸਕਦੀ ਹੈ, ਭਗਤ ਰਵਿਦਾਸ ਜੀ ਵਰਗੇ ਪ੍ਰਗਟ ਹੋ ਗਏ ਸਾਰੇ ਸੰਸਾਰ ਦੇ ਅੰਦਰ। ਨਾਮਦੇਵ ਜੀ ਦੀ ਛਿੰਬਾ ਜਾਤੀ ਕੀ ਕਰ ਸਕਦੀ ਸੀ, ਸਲੇਮ ਬਾਦਸ਼ਾਹ ਵੀ ਚਰਨਾਂ ਤੇ ਝੁਕ ਗਿਆ ਸੀ ਨਾਮਦੇਵ ਜੀ ਦੇ। ਵਾਹਿਗੁਰੂ ਦਾ ਭਗਤ ਪ੍ਰਗਟ ਹੋ ਜਾਂਦਾ, ਮਹਾਰਾਜ ਕਹਿੰਦੇ ਚੌਂ ਕੁੰਟਾਂ ਦੇ ਅੰਦਰ ਕਦੇ ਲੁਕਦਾ ਨਹੀਂ ਛੁਪਦਾ ਨਹੀਂ, ਚਾਹੇ ਕਿੰਨਾ ਕੋਈ ਲੁਕਾਉਣ ਦਾ ਯਤਨ ਕਰੇ। ਹਰ ਕੀ ਭਗਤ ਮੁਕਤ ਬਹੁ ਕਰੇ, ਜਿਹੜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਨੇ ਮਹਾਰਾਜ ਕਹਿੰਦੇ ਪਹਿਲਾਂ ਵੀ ਬੜੇ ਮੁਕਤ ਕਰ ਦਿੱਤੇ ਆ, ਹੁਣ ਹੋ ਰਹੇ ਆ ਪ੍ਰੇਮਾ ਭਗਤੀ ਨਾਲ ਮੁਕਤ। ਆਉਣ ਵਾਲੇ ਸਮੇਂ ਚ ਵੀ ਜੇ ਕੋਈ ਮੁਕਤੀ ਪਾਵੇਗਾ ਤੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਹੀ ਪਾਵੇਗਾ। ਨਾਨਕ ਜਨ ਸੰਗ ਕੀਤੇ ਤਰੇ, ਮਹਾਰਾਜ ਕਹਿੰਦੇ ਜਨਾ ਪਿਆਰਿਆਂ ਦੀ ਸੰਗਤ ਕਰਕੇ ਵੀ ਕਿੰਨੇ ਹੀ ਤਰ ਗਏ ਇਸ ਸੰਸਾਰ ਤੋਂ। ਨਿਨ੍ਹਾਂ ਨੇ ਆਪ ਨਾਮ ਜਪਿਆ, ਨਾਮ ਦਾ ਰਸ ਲਿਆ,
ਉਹਨਾਂ ਦੀ ਸੰਗਤ ਕਰਕੇ ਵੀ ਮਹਾਰਾਜ ਕਹਿੰਦੇ ਅਨੇਕਾਂ ਹੀ ਇਸ ਸੰਸਾਰ ਤੋਂ ਤਰ ਗਏ, ਉਹਨਾਂ ਦਾ ਭਲਾ ਹੋ ਗਿਆ। ਇਹ 7 ਪੌੜੀਆਂ ਹੋਈਆਂ ਸਾਧ ਸੰਗਤ ਜੀ, ਕੋਈ ਪੌੜੀ ਰਹਿੰਦੀ ਹੈ ਤੇ ਅਸ਼ਟਪਦੀ ਦੀ ਸਮਾਪਤੀ ਹੋਵੇਗੀ। ਹਾਂਜੀ ਪੜੋ। ਪਾਰ ਜਾਤ ਇਹੋ ਹਰ ਕੋ ਨਾਮ। ਮਹਾਰਾਜ ਕਹਿੰਦੇ ਜਿਹੜਾ ਪਾਰ ਜਾਤ ਕਲਪ ਬ੍ਰਿਸ਼ ਹੈ ਨਾ, ਦੇਵਤਿਆਂ ਦਾ ਕਲਪ ਬ੍ਰਿਸ਼ ਮੰਨਿਆ, ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਪਰ ਜਿਹੜੇ ਗੁਰਮੁਖ ਹੈ ਨਾ, ਰੱਬ ਦੇ ਪਿਆਰੇ ਨਾਮ ਦੇ ਰਸੀਏ, ਮਹਾਰਾਜ ਕਹਿੰਦੇ ਉਹਨਾਂ ਵਾਸਤੇ ਪਾਰ ਜਾਤ ਕਲਪ ਬ੍ਰਿਸ਼ ਵਾਹਿਗੁਰੂ, ਵਾਹਿਗੁਰੂ ਨਾਮ ਹੈ। ਨਾਮ ਹੀ ਉਹਨਾਂ ਦੀਆਂ ਸਾਰੀਆਂ ਇੱਛਾ ਦਾ ਪੂਰੀਆਂ ਕਰਨ ਵਾਲਾ ਹੈ। ਕਾਮ ਧੇਨ ਹਰ ਹਰ ਗੁਣ ਗਾਮ। ਕਾਮ ਧੇਨ ਹਰ ਹਰ ਗੁਣ ਗਾਮ, ਜਿਹੜਾ ਵਾਹਿਗੁਰੂ ਵਾਹਿਗੁਰੂ ਦੇ ਗੁਣ ਕਹਿ ਕੇ ਗਾਉਣੇ ਹਨ, ਮਹਾਰਾਜ ਕਹਿੰਦੇ ਇਹੀ ਰੱਬ ਦੇ ਪਿਆਰਿਆਂ ਵਾਸਤੇ ਨਾਮ ਹੀ ਕਾਮ ਧੇਨ ਗਊ ਹੈ। ਕਾਮ ਧੇਨ ਗਊ ਵੀ ਦੇਵਤਿਆਂ ਦੀ ਮੰਨੀ ਜਾਂਦੀ ਹੈ। ਸਤ ਸੰਗਤ ਜੀ, ਇਸ ਜਮਦਿਗਨੀ ਰਿਖੀ ਦੀ ਉਹ ਸਾਖੀ ਆਉਂਦੀ ਹੈ ਤੇ ਸਾਰੇ ਪਦਾਰਥ ਜਿਹੜੇ ਸੀ ਉਸਨੇ ਕਾਮ ਧੇਨ ਗਊ ਕਰਕੇ ਹੀ ਜੰਗਲ ਵਿੱਚ ਪ੍ਰਗਟ ਕਰ ਲਏ ਸੀ। ਇਹ ਸਾਰੇ ਪਦਾਰਥਾਂ ਨੂੰ ਦੇਣ ਵਾਲੀ ਹੈ ਕਾਮ ਧੇਨ ਗਊ, ਪਰ ਰੱਬ ਦੇ ਪਿਆਰੇ ਜਿਹੜੇ ਆ ਨਾ, ਉਹ ਸਾਧ ਸੰਗਤ ਜੀ ਨਾਮ ਨੂੰ ਹੀ ਕਾਮ ਧੇਨ ਗਊ ਸਮਝਦੇ ਆ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਉਹਦੇ ਹੱਥ ਵਹਿ ਨਾਮ ਕਾਮ ਧੇਨ ਵਹਿ, ਜੋ ਇੱਛਾ ਕਰੋ ਉਸੇ ਵੇਲੇ ਪੂਰੀ ਹੋ ਜਾਂਦੀ ਹੈ। ਪਾਰ ਜਾਤ ਕਲਪ ਬ੍ਰਿਸ਼ ਵੀ ਵਾਹਿਗੁਰੂ ਦਾ ਨਾਮ ਹੈ। ਤੋ ਸਤਿਗੁਰੂ ਜੀ ਫਰਮਾਉਂਦੇ ਹਨ, ਕਾਮ ਦੇਨ ਹਰ ਹਰ ਗੁਣ ਗਾਮ। ਵਾਹਿਗੁਰੂ ਵਾਹਿਗੁਰੂ ਦੇ ਗੁਣਾਂ ਨੂੰ ਜਿਹੜਾ ਗਾਉਣਾ ਨਾ, ਇਹ ਸਾਧ ਸੰਗਤ ਜੀ ਗਾਮ ਨਗਰ ਹੀ ਬੰਨਣਾ ਹੈ। ਜਿਨ੍ਹਾਂ ਨੇ ਗਾਮ ਨਗਰ ਬੰਨ ਲਿਆ ਨਾ, ਨਾਮ ਦਾ ਨਗਰ ਕਾਇਮ ਕੀਤਾ ਹੈ, ਸਤਿਗੁਰੂ ਜੀ ਕਹਿੰਦੇ ਉਹਨਾਂ ਕੋਲ ਹੀ ਭਾਈ ਕਾਮ ਧੇਨ ਗਊ ਵੀ ਵਸੀਕਾਰ ਹੋ ਜਾਂਦੀ ਹੈ। ਨਾਮ ਦਾ ਨਗਰ ਹੀ ਆਪਣੇ ਅੰਦਰ ਬੰਨਣਾ ਉਹਨਾਂ ਨੇ ਕਾਮ ਧੇਨ ਗਊ ਸਮਝੀ ਹੈ। ਸਭ ਤੇ ਉਤਮ ਹਰ ਕੀ ਕਥਾ। ਸਭ ਤੋਂ ਉੱਤਮ ਵਾਹਿਗੁਰੂ ਦੇ ਨਾਮ ਦੀ ਕਥਾ ਹੈ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਿਸ ਕਥਾ ਵਿੱਚ ਮੇਰੇ ਵਾਹਿਗੁਰੂ ਦੇ ਸਰੂਪ ਦਾ ਸਪਰਸ਼ ਪ੍ਰਾਪਤ ਹੋਵੇ, ਜਿਸ ਕਥਾ ਦੇ ਅੰਦਰ ਕਾ ਸਰੂਪ ਸੁੱਖ ਦੇ ਸਰੂਪ ਦੀ ਥਾਂ ਨੂੰ ਪ੍ਰਾਪਤ ਕਰਾਉਣ ਵਾਲੀ ਕਥਾ ਹੋਵੇ, ਜਿਹੜੇ ਸੰਸਾਰ ਦੀ ਉਸਤਤ ਵਾਲੀ ਉਹ ਕਥਾ ਨਹੀਂ ਹੁੰਦੀ, ਉਹਨੂੰ ਸੁਣ ਕੇ ਸਾਧ ਸੰਗਤ ਜੀ ਨਿਹਾਲ ਨਹੀਂ ਹੋਈਦਾ। ਸੰਸਾਰ ਦੇ ਚੁਟਕਲੇ ਜਿਹੜੇ ਆ ਉਹ ਸੁਣੀਏ ਕਥਾ ਦੇ ਅੰਦਰ, ਉਹਨੂੰ ਕਥਾ ਨਹੀਂ ਕਹਿੰਦੇ। ਸਰੋਤੇ ਨੂੰ ਘੜੀ ਇੱਧਰ ਉੱਧਰ ਦੀਆਂ ਗੱਲਾਂ ਸੁਣਾ ਕੇ ਰਿਝਾ ਲਿਆ, ਗੁਰਬਾਣੀ ਦੇ ਅਰਥ ਕਿਤੇ ਹੀ ਰਹਿ ਗਏ, ਉਹ ਕਥਾ ਨਹੀਂ ਹੁੰਦੀ ਹੈ। ਕਥਾ ਦਾ ਨਿਜਮ ਹੁੰਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਹਰੀ ਦੀ ਉਸਤਤ ਦੀ ਕਥਾ ਹੁੰਦੀ ਹੈ। ਵਾਹਿਗੁਰੂ ਦੇ ਸਰੂਪ ਲੱਖਣ ਜਿਹਦੇ ਵਿੱਚ ਦੱਸੇ ਜਾਣ, ਵਾਹਿਗੁਰੂ ਦੀ ਪ੍ਰੀਤ ਪਾਉਣ ਦੇ ਸਾਧਨ ਜਿਸ ਵਿੱਚ ਦੱਸੇ ਜਾਣ, ਵਾਹਿਗੁਰੂ ਦੇ ਪਿਆਰਿਆਂ ਦੀ ਉਸਤਤ ਦੱਸੀ ਜਾਵੇ, ਨਾਮ ਦੀ ਮਹਿਮਾ ਜਿਸ ਕਥਾ ਦੇ ਅੰਦਰ ਹੋਵੇ, ਜਿਹਦੇ ਅੰਦਰ ਹਰੀ ਆਪ ਵਸਿਆ ਹੋਵੇ, ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੇ ਉਤਮ ਹਰ ਕੀ ਕਥਾ। ਉਹ ਮੇਰੇ ਵਾਹਿਗੁਰੂ ਦੀ ਜਿਹੜੀ ਕਥਾ ਹੈ ਨਾ ਸਤ ਸੰਗਤ ਜੀ, ਉਹ ਸਭ ਤੋਂ ਉੱਤਮ ਹੈ, ਸਭ ਤੋਂ ਮਹਾਨ ਹੈ। ਨਾਮ ਸੁਨਤ ਦਰਦ ਦੁਖ ਲਥਾ। ਕਿਉਂਕਿ ਉਸ ਕਥਾ ਵਿੱਚੋਂ ਨਾਮ ਦੀ ਮਹਿਮਾ ਸੁਣ ਕਰਕੇ ਦੁਖੀਆਂ ਦੇ ਦੁੱਖ ਟੁੱਟ ਜਾਂਦੇ ਹੈ ਤੇ ਦਰਦੀਆਂ ਦੀਆਂ ਪੀੜਾਂ ਨਾਸ਼ ਹੋ ਜਾਂਦੀਆਂ ਹਨ। ਇਹੋ ਜੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਸ ਦੀ ਕਥਾ, ਨਾਮ ਦੀ ਮਹਿਮਾ ਦੀ ਕਥਾ ਜਿਹੜੀ ਹੈ ਨਾ, ਉਹਦੇ ਨਾਲ ਸਾਧ ਸੰਗਤ ਜੀ ਦੁੱਖ ਟੁੱਟਦੇ ਹੈ। ਤੇ ਜੇ ਤੁਸੀਂ ਚੁਟਕਲੇ ਸੁਣੇ, ਸੰਸਾਰ ਦੀਆਂ ਗੱਲਾਂ ਸੁਣੀਆਂ ਤੇ ਫਿਰ ਘੜੀ ਹੱਸ ਖੇਡ ਕੇ ਤਾਂ ਚਲੇ ਜਾਓਗੇ, ਪਰ ਦੁੱਖ ਨਹੀਂ ਟੁੱਟਣੇ, ਰੋਗ ਨਹੀਂ ਨਾਸ਼ ਹੋਣੇ। ਅਸਾਧ ਰੋਗਾਂ ਨੂੰ ਨਾਸ਼ ਕਰ ਦੇਣ ਵਾਲੀ ਹੈ ਵਾਹਿਗੁਰੂ ਦੇ ਨਾਮ ਦੀ ਕਥਾ।
ਜਿਹੜੇ ਰੋਗ ਦਵਾਈਆਂ ਨਾਲ ਰਾਜੀ ਨਹੀਂ ਹੁੰਦੇ, ਸੱਚੇ ਪਾਤਸ਼ਾਹ ਕਹਿੰਦੇ ਸਭ ਦਰਦਾਂ ਪੀੜਾਂ ਨੂੰ ਨਾਸ਼ ਕਰ ਦੇਣ ਵਾਲੀ ਹੈ ਬਾਣੀ ਦੀ ਕਥਾ, ਇਹੋ ਜੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਦੀ ਹਰੀ ਨਾਮ ਦੀ ਉਸਤਤ ਜਿਨ ਜਿਨ ਕੀਤੀ ਹੈ ਜਿਨ ਜਿਨ ਸੁਣੀ ਹੈ ਉਹਦੇ ਦੁੱਖ ਤੇ ਦਰਦਾਂ ਨੂੰ ਲਾਹ ਦੇਣ ਵਾਲੀ ਹੈ। ਨਾਮ ਕੀ ਮਹਿਮਾ ਸੰਤ ਰਿੱਧ ਬਸਾ, ਮਹਾਰਾਜ ਨਾਮ ਦੀ ਮਹਿਮਾ ਟਿਕਦੀ ਕਿੱਥੇ ਹੈ? ਹਜ਼ੂਰ ਕਹਿੰਦੇ ਸੰਤ ਦੇ ਹਿਰਦੇ ਵਿੱਚ ਜਾ ਕੇ ਟਿਕ ਜਾਂਦੀ ਹੈ, ਹਰ ਵੇਲੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਵਿੱਚ ਸੀਸ ਝੁਕੇ ਰਹਿੰਦੇ ਆ, ਉਹਨਾਂ ਨੂੰ ਸਦਾ ਹੀ ਮਨ ਜਿਹੜਾ ਨਾ ਉਹ ਸਾਧ ਸੰਗਤ ਜੀ ਰਸ ਵਿੱਚ ਲੀਨ ਹੋਇਆ ਆਨੰਦਿਤ ਰਹਿੰਦਾ ਹੈ। ਸੰਤ ਦੇ ਹਿਰਦੇ ਵਿੱਚ ਮੇਰੇ ਵਾਹਿਗੁਰੂ ਦੇ ਨਾਮ ਦੀ ਮਹਿਮਾ ਵਸਦੀ ਹੈ। ਸੰਤ ਪ੍ਰਤਾਪ ਦੁਰਤ ਸਭ ਨਸਾ, ਉਸ ਮਹਾਨ ਮਹਾਂਪੁਰਖ ਦੇ ਪ੍ਰਤਾਪ ਕਰਕੇ ਸਭ ਜੀਆਂ ਦੇ ਸਾਧ ਸੰਗਤ ਜੀ ਦੁਰਤ ਪਾਪ ਨਾਸ਼ ਹੋ ਜਾਂਦੇ ਆ। ਜੇ ਇਹੋ ਜਿਹਾ ਸਾਧੂ ਕਿਸੇ ਨਗਰੀ ਵਿੱਚ ਹੋਵੇ ਨਾ, ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ, ਕਹਿੰਦੇ ਸਰੀਰ ਕਿਹੜਾ ਹੈ ਵਿਚਾਰਾ, ਸਾਰਾ ਨਗਰ ਹੀ ਪਵਿੱਤਰ ਹੋ ਜਾਏਗਾ, ਨਾਮ ਦੀ ਏਡੀ ਵੱਡੀ ਸ਼ਕਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਸੰਤ ਪ੍ਰਤਾਪ ਦੁਰਤ ਸਭ ਨਸੈ, ਸਾਰੇ ਦੁਰਤ ਜਿਹੜੇ ਪਾਪ ਹਨ ਮਹਾਰਾਜ ਕਹਿੰਦੇ ਨਸ ਜਾਂਦੇ ਆ ਸਾਧੂਆਂ ਦੇ ਪ੍ਰਤਾਪ ਕਰਕੇ, ਸਤਸੰਗਤ ਦੇ ਪ੍ਰਤਾਪ ਕਰਕੇ। ਏਡਾ ਵੱਡਾ ਸੰਗਤ ਦਾ ਪ੍ਰਤਾਪ ਹੈ, ਜਿਨ ਜਿਨ ਸੰਗਤ ਦੀ ਓਟ ਲਈ ਹੈ ਮਹਾਰਾਜ ਕਹਿੰਦੇ ਸਭ ਦੇ ਪਾਪ ਨਾਸ਼ ਹੋ ਗਏ ਹਨ। ਸੰਤ ਕਾ ਸੰਗ ਵਡਭਾਗੀ ਪਾਈਆ, ਸਾਧੂ ਪੁਰਸ਼ ਦਾ ਸੰਗ ਜਿਹੜਾ ਨਾ ਉਹ ਤਾਂ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਪੂਰਬਲੇ ਕਰਮ ਕਿਤੇ ਬਹੁਤ ਚੰਗੇ ਇਕੱਠੇ ਹੋ ਜਾਣ ਨਾ, ਤੇ ਫਿਰ ਸਾਧ ਸੰਗਤ ਜੀ ਪੂਰਨ ਪੁਰਖ ਦੀ ਸੰਗਤ ਦਾ ਮਾਣ ਪ੍ਰਾਪਤ ਹੁੰਦਾ ਹੈ, ਜਿਹਦੀ ਰਸਨਾ ਤੋਂ ਹਰ ਵੇਲੇ ਨਾਮ ਦੀ ਮਹਿਮਾ ਹੁੰਦੀ ਹੈ, ਜਿਹਦੇ ਕੰਨਾਂ ਵਿੱਚ ਹਰ ਵੇਲੇ ਨਾਮ ਅੰਮ੍ਰਿਤ ਘੁਲਿਆ ਰਹਿੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਬਹੁਤ ਵੱਡੇ ਭਾਗ ਹੋਣ ਤੇ ਫਿਰ ਪੂਰਨ ਪੁਰਖ ਦੀ ਸੰਗਤ ਹੁੰਦੀ ਆ। ਸੰਤ ਕੀ ਸੇਵਾ ਨਾਮ ਧਿਆਈਆ, ਸੰਤ ਦੀ ਸੇਵਾ ਕੀ ਹੈ? ਮਹਾਂਪੁਰਸ਼ ਦੀ, ਮਹਾਂਪੁਰਸ਼ ਦੀ ਸੇਵਾ ਹੈ ਨਾਮ ਨੂੰ ਧਿਆਈਏ। ਸਤ ਸੰਗਤ ਜੀ ਜੇ ਸਤ ਪੁਰਸ਼ਾਂ ਕੋਲ ਰਹੀਏ ਤੇ ਉਹਨਾਂ ਦੇ ਕੋਲ ਮਾਇਆ ਹੀ ਗਿਣਦੇ ਰਹੀਏ ਤੇ ਹੋਰ ਕੰਮਾਂ ਵਿੱਚ ਉਲਝੇ ਰਹੀਏ, ਭਜਨ ਕਰੀਏ ਹੀ ਨਾ, ਫਿਰ ਕੀ ਸੰਤਾਂ ਦੀ ਸੇਵਾ ਕਰ ਸਕਦੇ ਹਾਂ? ਜੇ ਵੇਖੀਏ ਤੇ ਪਿਰਥੀ ਚੰਦ ਕਿੰਨੀ ਲੰਗਰ ਦੀ ਸੇਵਾ ਕਰਾਉਂਦੇ ਸੀ, ਮਹਾਰਾਜ ਦੇ ਵੱਡੇ ਪੁੱਤਰ ਸੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ, ਬਹੁਤ ਲੰਗਰ ਦੀ ਦੇਖ ਰੇਖ ਸਾਰੀ ਉਹੋ ਹੀ ਕਰਦੇ ਸੀਗੇ, ਪਰ ਧੰਨ ਗੁਰੂ ਅਰਜਨ ਸਾਹਿਬ ਨੇ ਮਾਤਾ ਜੀ ਕੋਲੋਂ ਅਸੀਸ ਲਈ ਸੀ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੈ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਗੁਰੂ ਜੀ ਦੇ ਹੁਕਮ ਮੰਨਣ ਦੀ ਸੇਵਾ ਸਭ ਤੋਂ ਵੱਡੀ, ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕੀਤੀ। ਸੰਤ ਕੀ ਸੇਵਾ ਨਾਮ ਧਿਆਈ ਹੈ, ਜੇ ਨਾਮ ਨੂੰ ਧਿਆਈਏ ਨਾ ਤਾਂ ਹੀ ਸਤਪੁਰਸ਼ ਦੀ ਸੇਵਾ ਕਰ ਸਕੀ ਦੀ ਹੈ, ਨਹੀਂ ਤੇ ਸਾਧ ਸੰਗਤ ਜੀ ਉਹਨਾਂ ਦੀ ਸੇਵਾ ਵੀ ਨਹੀਂ ਕਰ ਹੁੰਦੀ। ਬੜਾ ਮਨ ਭਰਬ ਜਾਂਦਾ, ਭਟਕ ਜਾਂਦਾ ਹੈ, ਛੁਟਕ ਜਾਂਦੇ ਆ ਜੀਵ ਸੇਵਾ ਤੋਂ, ਕੋਲ ਰਹਿੰਦੇ ਹੀ ਮਾਇਆ ਚ ਫਸੇ ਰਹਿੰਦੇ, ਜਿਵੇਂ ਪ੍ਰਿਥੀ ਚੰਦ ਫਸਿਆ ਰਿਹਾ ਮਾਇਆ ਵਿੱਚ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਸੇਵਾ ਕੀ ਹੈ? ਜੇ ਨਾਮ ਨੂੰ ਧਿਆਈਏ ਤਾਂ, ਜੇ ਆਪਣੀ ਨੌਕਰੀ ਕਰਦੇ ਹਾਂ, ਡਿਊਟੀ ਕਰਦੇ, ਤਨਖਾਹ ਮਿਲਦੀ ਹੈ, ਨਾਮ ਜਪਦੇ ਹੀ ਨਹੀਂ, ਫਿਰ ਅਸੀਂ ਮਹਾਰਾਜ ਦੀ ਸੇਵਾ ਥੋੜੀ ਕਰ ਪਾਉਂਦੇ ਹਾਂ। ਜਿਵੇਂ ਆਪ ਨੌਕਰੀ ਕਰਦੇ ਲੋਕ ਐਵੇਂ ਨੌਕਰੀ ਕਰੀ ਜਾਂਦੇ, ਪਰ ਜੇ ਅਸੀਂ ਨਾਮ ਜਪਦੇ ਹਾਂ ਨਾ ਤੇ ਫਿਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਹਾਂ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੰਤ ਕੀ ਸੇਵਾ ਨਾਮ ਧਿਆਈ ਹੈ, ਜੇ ਨਾਮ ਨੂੰ ਜਪੀਏ ਤਾਂ ਹੀ ਪੂਰੇ ਪੁਰਖ ਦੀ ਸੇਵਾ ਕਰ ਸਕੀ ਦੀ ਹੈ। ਸ੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਮਹਾਂਪੁਰਖ, ਉਹ
ਕਦੇ ਆਪਦੀ ਕੋਈ ਸੇਵਾ ਨਾ ਕਰਾਇਆ ਕਰਦੇ ਤੇ ਸਿੰਘਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਸਾਨੂੰ ਕੋਈ ਸੇਵਾ ਦੱਸਿਆ ਕਰੋ। ਜਿਵੇਂ ਸਾਧ ਸੰਗਤ ਜੀ ਸ੍ਰੀਮਾਨ ਸੰਤ ਬਾਬਾ ਮਿਤ ਸਿੰਘ ਜੀ ਮਹਾਂਪੁਰਖ ਮਾਤਾ ਸਾਹਿਬ ਜੀ ਵਾਲੇ ਅਸਥਾਨ ਤੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹ ਵੀ ਕਦੇ ਆਪਣੀ ਸੇਵਾ ਕਹਿੰਦੇ ਆਪਦਾ ਖੁਦ ਦਾ ਬਾਟਾ ਵੀ ਆਪ ਮਾਂਜਦੇ ਹੁੰਦੇ ਸੀ। ਸਿੰਘਾਂ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਸਾਨੂੰ ਬਾਟਾ ਤਾਂ ਮਾਂਜ ਲੈਣ ਦਿਆ ਕਰੋ। ਸੰਗਤ ਨੇ ਆਖਿਆ ਫਿਰ ਉਹ ਬਹੁਤਾ ਕਹਿਣ ਤੋਂ ਬਾਟਾ ਛੱਡ ਦਿੰਦੇ ਹੁੰਦੇ ਸੀ। ਜਿਸ ਦਿਨ ਉਹਨਾਂ ਨੇ ਸੱਚਖੰਡ ਗਮਨ ਕਰਨਾ ਸੀ ਆਪਦੇ ਚਿਖਾ ਦੀਆਂ ਲੱਕੜਾਂ ਆਪ ਸਜਾ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਚਿਖਾ ਤੇ ਸਰੀਰ ਛੱਡ ਦਿੱਤਾ। ਸਾਧ ਸੰਗਤ ਜੀ ਉਹ ਕਦੇ ਵੀ ਕਿਸੇ ਕੋਲੋਂ ਕੋਈ ਸੇਵਾ ਨਾ ਕਰਾਉਂਦੇ ਤੇ ਜਦੋਂ ਸੰਤ ਬਾਬਾ ਬਿਸ਼ਨ ਸਿੰਘ ਜੀ ਮਹਾਰਾਜ ਨੂੰ ਸਿੰਧਾਂ ਆਖਿਆ ਕਿ ਮਹਾਰਾਜ ਸਾਨੂੰ ਕੋਈ ਸੇਵਾ ਜ਼ਰੂਰ ਦਿਓ ਤੇ ਮਹਾਂਪੁਰਖ ਕਹਿਣ ਲੱਗੇ ਭਾਈ ਵੇਖੋ ਮਹਾਰਾਜ ਨੇ ਆਖਿਆ ਸੰਤ ਕੀ ਸੇਵਾ ਨਾਮ ਤੇ ਆਈ ਹੈ, ਤੁਸੀਂ ਜਪਜੀ ਸਾਹਿਬ ਦੇ ਪਾਠ ਕਰਿਆ ਕਰੋ, ਇਹੀ ਸਾਡੀ ਸੇਵਾ ਏ, ਵੱਧ ਤੋਂ ਵੱਧ ਬਾਣੀ ਪੜਿਆ ਕਰੋ। ਇਹ ਸਾਧ ਸੰਗਤ ਜੀ ਜਿਹੜਾ ਨਾਮ ਦਾ ਜਪਣਾ ਇਹੀ ਮਹਾਂਪੁਰਸ਼ਾਂ ਦੀ ਸਤਪੁਰਸ਼ਾਂ ਦੀ ਸੇਵਾ, ਜਿਨ੍ਹਾਂ ਨਾਮ ਜਪੀਏ ਉਹ ਖੁਸ਼ ਹੁੰਦੇ ਆ ਕਿ ਬਈ ਸਾਡੀ ਸੰਗਤ ਦਾ ਇਹਨੂੰ ਰੰਗ ਲੱਗ ਗਿਆ, ਅਸਲ ਇਹਨੂੰ ਪਦਾਰਥ ਲੱਭ ਗਿਆ, ਇਹੀ ਮਹਾਂਪੁਰਸ਼ ਦੀ ਸੇਵਾ। ਜੇ ਹੋਰ ਸਾਰੇ ਕੰਮ ਕਰੀ ਜਾਈਏ ਭਜਨ ਕਰੀਏ ਹੀ ਨਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕੰਮ ਤੇ ਭਾਵੇਂ ਕਰਦਾ ਪਰ ਮਨ ਇਹਦਾ ਨਾਮ ਵਿੱਚ ਨਹੀਂ ਲੱਗਾ ਹੋਇਆ। ਉਹ ਬਹਾਨੇ ਨਾਲ ਸਮਝਾਉਂਦੇ ਆ ਸਿਖਾਉਂਦੇ ਆ ਪਰ ਜਦੋਂ ਕਈ ਨਹੀਂ ਸਿੱਖਦੇ ਫਿਰ ਜ਼ਿੰਦਗੀ ਦਾ ਇਹੋ ਜਿਹਾ ਸਮਾਂ ਆ ਜਾਂਦਾ ਜਦੋਂ ਸੰਗਤ ਛੁਟਕ ਜਾਂਦੀ ਹੈ, ਫਿਰ ਕਿੱਥੇ ਸਾਧ ਸੰਗਤ ਜੀ ਉਹ ਗੱਲਾਂ ਲੱਭਦੀਆਂ ਜੋ ਸਤਪੁਰਸ਼ਾਂ ਨਾਲ ਬਹਾਰਾਂ ਵੇਖੀਆਂ, ਉਹਨਾਂ ਨਾਲ ਜੋ ਸੁੱਖ ਮਾਣੇ ਹੈ ਉਹ ਫਿਰ ਨਹੀਂ ਲੱਭਦੇ, ਫਿਰ ਨਹੀਂ ਉਹ ਸਮਾਂ ਆਉਂਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਜਪ ਲਓ ਸਾਧੂ ਦੀ ਸੰਗਤ ਕਰਕੇ, ਇਹੀ ਸਾਧੂ ਦੀ ਸੇਵਾ, ਵੱਡਾ ਪ੍ਰਸਾਦ ਹੈ ਨਾਮ ਦਾ ਜਿਹੜਾ ਲਾਹਾ ਲੈਣਾ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਮ ਦੇ ਤੁਲ ਬਰਾਬਰ ਮਹਾਰਾਜ ਕਹਿੰਦੇ ਕੋਈ ਸਾਧਨ ਨਹੀਂ ਹੋ ਸਕਦਾ ਹੈ, ਕੋਈ ਜਪ ਤਪ ਨਹੀਂ ਹੋ ਸਕਦਾ, ਕੋਈ ਕਿਸੇ ਪ੍ਰਕਾਰ ਦਾਨ ਪੁੰਨ ਨਹੀਂ ਪੁੱਜ ਸਕਦਾ, ਨਾਮ ਜਪਣਾ ਸਭ ਤੋਂ ਵੱਡਾ ਹੈ। ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਕੋਈ ਜਨ ਪਿਆਰਾ ਸੱਚੇ ਪਾਤਸ਼ਾਹ ਕਹਿੰਦੇ ਇਸ ਪ੍ਰੀਤ ਦੇ ਮਾਰਗ ਤੇ ਚੱਲਦਾ ਹੋਇਆ, ਕੋਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਆ ਨਾਮ ਦਾ ਭਾਈ ਪ੍ਰਸਾਦ ਪ੍ਰਾਪਤ ਕਰਦਾ ਹੈ, ਜਿਹੜਾ ਸਰੀਰਾਂ ਦੇ ਮੋਹ ਨੂੰ ਛੱਡ ਦਿੰਦਾ ਹੈ, ਜਿਹੜਾ ਸਾਧ ਸੰਗਤ ਜੀ ਇਹ ਸੰਸਾਰ ਦੇ ਰਸਾਂ ਨੂੰ ਛੱਡ ਦਿੰਦਾ ਹੈ, ਕੋਈ ਵਿਰਲਾ ਫਿਰ ਸਤਸੰਗਤ ਕਰਕੇ ਨਾਮ ਦਾ ਪ੍ਰਸਾਦ ਸਤਿਗੁਰੂ ਜੀ ਕਹਿੰਦੇ ਭਾਈ ਪਾਉਂਦਾ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕੀਤੀ ਹੈ, ਦੂਸਰੀ ਅਸ਼ਟਪਦੀ ਸੰਪੂਰਨ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਿਵਾਜ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ ਚ ਵਸੇ ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ।